सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद एक ओंकार। सत्नाम कर्तापुर निरपो निर्वैर अकाल मूरत अजूनी सैपं गुरप्रसाद। वाहे गुरु 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 वाहे गुरु। वाहेगुरु जी का खालसा वाहेगुरु जी की फतेह। लवप्रीत कौर जी ने बहुत ही कारगर चित्त होके अपनी जापजी सेवा नु निभाया है जी। हुण अगे कीर्तन दी सेवा भगवंत दीप कौर जी अते अवतार सिंह जी तरन तारण तो निभाणगे। भगवंत दीप कौर जी अते अवतार सिंह जी, मैं उन्होंने रिक्वेस्ट कर दिया कि प्लीज कीर्तन आरंभ कर दो जी। वाहेगुरु जी का खालसा वाहेगुरु जी की फतेह। Thank you.
गुरु जी का खालसा वाहिगुरु जी की फतेह। बोले सो निहाल श्री अकाल। वाह जी वाह, बहुत वधिया कीर्तन कीता। सो अज दे कैंप दे विच तीन सैशन होंगे जी। पहला सैशन जसप्रीत कौर जी जो मोबाइल एटिकेट से लेंगे, सैशन इमनूर सिंह जी जो डिसीजन मेकिंग से लेंगे, एंड सैशन मैम अनम्यूट करना, जी करना प्लीज। हाँ जी, वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। मैम आवाज आ रही है? हाँ जी, हाँ जी, हाँ जी आ रही है। आप यूज कर लो। वाहेगुरु जी का खालसा वाहेगुरु जी की फतेह। मेरा नाम जसप्रीत कौर है। मैं आप सब नु जी आया जी कैनिया जी। मैं अज तुहाडे नाल मोबाइल एटिकेट्स बारे डिस्कस करन जा रही हाँ जी। मोबाइल एटिकेट्स तो भाव है जी गुड मैनर्स, जो सानू फॉलो करने चाहिए ने मोबाइल्स नू यूज करदे टाइम। उस दे वास्ते भी सब तो पहले आपां स्टार्ट करांगे जी कि एटिकेट्स की होंदे है। जसजोत भी जी स्क्रीन शेयर कर दो जी। सो अज दा साडा टॉपिक है मोबाइल फोन एटिकेट्स, जिन्हों के मोबीकेट कहा जाता है जी।
ਉਹਦਾ ਸ਼ਾਰਟ ਫਾਰਮ ਹੈਗਾ ਜੀ ਮੋਬੀਕੇਟ। ਐਟੀਕੇਟਸ ਹੁੰਦੇ ਨੈਕਸਟ ਸਲਾਈਡ ਵੀਰ ਜੀ। ਐਟੀਕੇਟਸ ਕੀ ਹੁੰਦੇ ਜੀ? ਐਟੀਕੇਟ ਰੈਫਰਸ ਟੂ ਗੁੱਡ ਮੈਨਰਸ ਵਿਚ ਹੈਲਪ ਐਨ ਇੰਡੀਵਿਜੁਅਲ ਫਾਈਂਡ ਹਿਸ ਪਲੇਸ ਇਨ ਦ ਸੋਸਾਇਟੀ। ਐਟੀਕੇਟਸ ਹੁੰਦੇ ਕੀ ਹੈ ਜੀ? ਉਹ ਇੱਕ ਗੁੱਡ ਮੈਨਰਸ ਦਾ ਫਾਰਮ ਹੁੰਦਾ ਹੈ। ਸਾਨੂੰ ਜਿਹੜੀ ਚੰਗੀ ਆਦਤਾਂ ਜੋ ਸਾਨੂੰ ਬਹੁਤ ਜ਼ਰੂਰੀ ਹੈ ਸਾਨੂੰ ਸੰਸਾਰ ਵਿੱਚ ਵਿਚਰਨ ਵਾਸਤੇ ਅਪਣਾਉਣੀਆਂ ਚਾਹੀਦੀਆਂ ਨੇ ਉਹਨੂੰ ਐਟੀਕੇਟਸ ਕਹਿੰਦੇ ਨੇ। ਸੰਸਾਰ ਵਿੱਚ ਵਿਚਰਨ ਲਈ ਗੁਰੂ ਸਾਹਿਬ ਨੇ ਵੀ ਸਾਨੂੰ ਬਹੁਤ ਸਾਰੇ ਚੰਗੀ ਆਦਤਾਂ ਬਾਰੇ ਦੱਸਿਆ, ਜਿਵੇਂ ਕਿ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਨਾਮ ਜਪਣਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ। ਓਦਾਂ ਹੀ ਦੁਨਿਆਵੀ ਤੌਰ ਤੇ ਵੀ ਸਾਨੂੰ ਸੰਸਾਰ ਵਿੱਚ ਵਿਚਰਨ ਲਈ ਗੁੱਡ ਮੈਨਰਸ ਦੀ ਬਹੁਤ ਜ਼ਰੂਰਤ ਹੈ ਜੀ। ਇਸ ਲਈ ਸਾਨੂੰ ਉਹ ਐਟੀਕੇਟਸ ਨੂੰ ਅਪਣਾਉਣਾ ਚਾਹੀਦਾ ਹੈ, ਗੁੱਡ ਮੈਨਰਸ ਨੂੰ ਫੋਲੋ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਚੰਗਾ ਜੀਵਨ ਬਤੀਤ ਕਰ ਸਕੀਏ ਤੇ ਇੱਕ ਗੁਰਸਿੱਖ ਬਣ ਸਕੀਏ, ਚੰਗੇ ਗੁਰਸਿੱਖ ਬਣ ਸਕੀਏ ਜੀ। ਨੈਕਸਟ ਸਲਾਈਡ ਵੀਰ ਜੀ। ਠੀਕ ਹੈ ਜੀ, ਹੁਣ ਸਾਡਾ ਫਸਟ ਜੋ ਟੋਪਿਕ ਹੈਗਾ ਜੀ ਮੋਬੀਕੇਟ, ਜੋ ਮੇਨ ਸਾਡਾ ਅੱਜ ਦਾ ਟੋਪਿਕ ਰਹੇਗਾ ਅੱਜ ਦੇ ਸੈਸ਼ਨ ਦਾ। ਤੁਸੀਂ ਸਾਰੇ ਆਪਣੇ ਸਕਰੀਨ ਦੇ ਉੱਤੇ ਇੱਕ ਸਲਾਈਡ ਦੇਖ ਰਹੇ ਹੋ ਜੀ, ਜਿਹਦੇ ਵਿੱਚ ਇੱਕ ਪਿਕਚਰ ਸ਼ੋ ਹੋ ਰਹੀ ਹੈ। ਉੱਥੇ ਸਾਫ਼ ਲਿਖਿਆ ਹੋਇਆ ਹੈ ਮੋਬਾਈਲ ਫੋਨ ਦ ਨਿਊ ਐਕਸਟਰਨਲ ਹਿਊਮਨ ਔਰਗਨ। ਮੋਬਾਈਲ ਫੋਨ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਬਣ ਚੁੱਕਿਆ ਹੈ ਜੀ, ਸਾਡੀ ਬਾਡੀ ਦਾ ਇੱਕ ਔਰਗਨ ਬਣ ਚੁੱਕਿਆ ਹੈ। ਬਿਨਾਂ ਮੋਬਾਈਲ ਫੋਨ ਦੇ ਸ਼ਾਇਦ ਹੀ ਅੱਜ ਕੱਲ੍ਹ ਅਸੀਂ ਆਪਣੇ ਜੀਵਨ ਦੀ ਐਗਜ਼ਿਸਟੈਂਸ ਬਾਰੇ ਸੋਚ ਸਕੀਏ ਕਿ ਅਸੀਂ ਮੋਬਾਈਲ ਫੋਨ ਬਿਨਾਂ ਸ਼ਾਇਦ ਹੀ ਸਾਡਾ ਜੀਵਨ ਸੌਖੇ ਤਰੀਕੇ ਨਾਲ ਬਤੀਤ ਹੋ ਜਾਏ। ਬਹੁਤ ਜ਼ਰੂਰੀ ਹਿੱਸਾ ਬਣ ਚੁੱਕਿਆ ਹੈ। ਮੋਬੀਕੇਟ ਜੋ ਕਿ ਮੋਬਾਈਲ ਐਟੀਕੇਟਸ ਹੈਗੇ ਆ ਜੀ, ਇਟ ਰੈਫਰਸ ਟੂ ਸਰਟਨ ਗਾਈਡਲਾਈਨਸ ਦੈਟ ਇੰਡੀਵਿਜੁਅਲਸ ਨੀਡ ਟੂ ਅਧਾਇਰ ਟੂ ਵਾਇਲ ਯੂਜ਼ਿੰਗ ਦ ਮੋਬਾਈਲ ਫੋਨਸ। ਮੋਬੀਕੇਟ ਰੈਫਰਸ ਕਰਦੇ ਕਿ ਹੁੰਦਾ ਕੀ ਹੈ, ਗਾਈਡਲਾਈਨਸ ਹੁੰਦੀ ਹੈ ਜੀ। ਗਾਈਡਲਾਈਨਸ ਦਾ ਤੋਂ ਭਾਵ ਹੈ ਕੁਛ ਰੂਲਸ ਹੁੰਦੇ ਨੇ, ਜੋ ਸਾਨੂੰ ਹਰ ਇੱਕ ਚੀਜ਼ ਦੇ ਕੁਛ ਨਾ ਕੁਛ ਰੂਲਸ ਹੁੰਦੇ ਨੇ ਜੀ। ਇਸੇ ਤਰ੍ਹਾਂ ਮੋਬਾਈਲ ਫੋਨ ਨੂੰ ਯੂਜ਼ ਕਰਨ ਵਾਸਤੇ ਕੁਛ ਰੂਲਸ ਹੁੰਦੇ ਨੇ ਜਿਨ੍ਹਾਂ ਨੂੰ ਮੋਬੀਕੇਟ ਕਿਹਾ ਜਾਂਦਾ ਹੈ ਜੀ। ਉਹ ਰੂਲਸ ਹੁੰਦੇ ਕਿਸ ਵਾਸਤੇ ਨੇ? ਤਾਂ ਕਿ ਆਪਾਂ ਮੋਬਾਈਲ ਫੋਨ ਦੀ ਚੰਗੀ ਵਰਤੋਂ ਕਰ ਸਕੀਏ, ਸਹੀ ਵਰਤੋਂ ਕਰ ਸਕੀਏ। ਮੋਬਾਈਲ ਫੋਨ ਇਜ਼ ਅ ਬੂਨ ਇਨ ਟੂਡੇਜ਼ ਵਰਲਡ ਬਟ ਕੈਨ ਬੀ ਅ ਡਿਸਟਰਬਿੰਗ ਐਲੀਮੈਂਟ ਇਫ ਨੋਟ ਯੂਜ਼ ਇਨ ਦ ਐਪਰੋਪ੍ਰੀਏਟ ਵੇ। ਮੋਬਾਈਲ ਫੋਨ ਅੱਜ ਕੱਲ ਦੇ ਟਾਈਮ ਵਾਸਤੇ ਇੱਕ ਵਰਦਾਨ ਹੈ, ਬੂਨ ਦਾ ਤੋਂ ਭਾਵ ਹੈ ਜੀ ਵਰਦਾਨ ਹੈ। ਪਰ ਅਗਰ ਅਸੀਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਾਂਗੇ ਤਾਂ ਉਹ ਸਾਡੇ ਵਾਸਤੇ ਨੁਕਸਾਨਦਾਇਕ ਵੀ ਹੋ ਸਕਦਾ ਹੈ ਜੀ। ਨੈਕਸਟ ਸਲਾਈਡ ਵੀਰ ਜੀ। ਹੁਣ ਅਸੀਂ ਸਾਰੇ ਮੋਬਾਈਲ ਐਟੀਕੇਟਸ ਜਿੰਨੇ ਵੀ ਗਵਰਨਮੈਂਟ ਨੇ ਪਾਸ ਕੀਤੇ ਨੇ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਸਭ ਤੋਂ ਫਸਟ ਹੈ ਜੀ, ਪਲੀਜ਼ ਸਾਇਲੈਂਸ ਯੋਰ ਮੋਬਾਈਲ ਫੋਨ। ਤੁਸੀਂ ਜਿਵੇਂ ਕਿ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ ਜੀ, ਇੱਕ ਪਿਕਚਰ ਲੱਗੀ ਹੋਈ ਹੈ। ਉਹ ਤੁਸੀਂ ਜਿਹੜੀ ਬੋਰਡ ਹੈ, ਸਾਈਨ ਬੋਰਡ ਜਿਹਨੂੰ ਕਹਿੰਦੇ ਹਾਂ ਆਪਾਂ, ਇਹ ਸਾਈਨ ਬੋਰਡ ਤੁਸੀਂ ਹੋਰ ਵੀ ਕਾਫੀ ਜਗ੍ਹਾਵਾਂ ਤੇ ਦੇਖਿਆ ਹੋਏਗਾ। ਤੁਸੀਂ ਕਿਸੇ ਬੈਂਕ ਵਿੱਚ ਚਲੇ ਜਾਓ, ਕਿਸੇ ਹੋਸਪਿਟਲ ਦੇ ਵਿੱਚ ਚਲੇ ਜਾਓ, ਜਾਂ ਉਹ ਜਗ੍ਹਾਵਾਂ ਜਿੱਥੇ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ ਜਾਣੀ, ਤਾਂ ਉਹ ਇੱਕ ਬੋਰਡ ਲੱਗਿਆ ਹੁੰਦਾ ਉੱਥੇ, ਆਲਵੇਜ਼ ਕੀਪ ਯੋਰ ਮੋਬਾਈਲ ਫੋਨ ਇਨ ਦ ਸਾਇਲੈਂਟ ਔਰ ਵਾਈਬ੍ਰੇਸ਼ਨ ਮੋਡ ਐਟ ਵਰਕ ਪਲੇਸ ਔਰ ਰਿਲੀਜੀਅਸ ਪਲੇਸਿਸ। ਰਿਲੀਜੀਅਸ ਪਲੇਸਿਸ ਤੋਂ ਭਾਵ ਹੈ ਜੀ ਧਰਮ, ਇਤਿਹਾਸਿਕ ਧਰਮ ਨਾਲ ਸੰਬੰਧਿਤ ਜਿਹੜੀਆਂ ਜਗ੍ਹਾਵਾਂ ਹੁੰਦੀਆਂ, ਜਿਵੇਂ ਗੁਰਦੁਆਰਾ ਸਾਹਿਬ ਹੋ ਗਿਆ, ਮੋਸਕ ਹੋ ਗਿਆ, ਚਰਚ ਹੋ ਗਿਆ। ਅਸੀਂ ਕਿਸੇ ਵੀ ਏਦਾਂ ਦੇ ਧਰਮ ਸਥਾਨ ਤੇ ਜਾਂਦੇ ਹਾਂ ਤਾਂ ਸਾਨੂੰ ਮੋਬਾਈਲ ਫੋਨ ਨੂੰ ਸਾਇਲੈਂਟ ਤੇ ਰੱਖਣਾ ਚਾਹੀਦਾ ਜੀ। ਉੱਥੇ ਵੀ ਬਹੁਤ ਸਾਰੇ ਲੋਕ ਕੀ ਕਰਦੇ ਨੇ, ਜਾ ਕੇ ਫੋਟੋਜ਼ ਖਿੱਚ ਲੈਂਦੇ ਨੇ, ਜੋ ਕਿ ਬਿਲਕੁਲ ਹੀ ਗਲਤ ਹੈ, ਉਹ ਗੁੱਡ ਮੈਨਰਸ ਦੇ ਵਿੱਚ ਨਹੀਂ ਆਉਂਦਾ ਜੀ। ਸਾਨੂੰ ਗੁੱਡ ਮੈਨਰਸ ਨੂੰ ਫੋਲੋ ਕਰਨਾ ਹੈ ਤਾਂ ਸਾਨੂੰ ਇਹ ਐਟੀਕੇਟ ਅਪਣਾਉਣਾ ਪਵੇਗਾ ਜੀ ਕਿ ਸਾਨੂੰ ਆਪਣਾ ਮੋਬਾਈਲ ਫੋਨ ਸਾਇਲੈਂਟ ਤੇ ਰੱਖਣਾ ਚਾਹੀਦਾ ਹੈ। ਅਗਰ ਅਸੀਂ ਜਿੱਥੇ ਕੰਮ ਕਰ ਰਹੇ ਹਾਂ, ਅਸੀਂ ਉੱਥੇ ਜਾ ਰਹੇ ਹਾਂ, ਸਕੂਲ ਜਾ ਰਹੇ ਹਾਂ, ਕਾਲਜ ਜਾ ਰਹੇ ਹਾਂ, ਤਾਂ ਸਾਨੂੰ ਆਪਣਾ ਮੋਬਾਈਲ ਫੋਨ ਸਾਇਲੈਂਟ ਮੋਡ ਤੇ ਰੱਖਣਾ ਚਾਹੀਦਾ ਹੈ ਜੀ। ਜਿਹੜੀ ਲਾਊਡ ਰਿੰਗ ਟੋਨ ਹੁੰਦੀ ਹੈ, ਅਗਰ ਆਪਾਂ ਫੋਨ ਨੂੰ ਲਾਊਡ ਰਿੰਗ ਟੋਨ ਦੇ ਰੱਖਦੇ ਹਾਂ ਤਾਂ ਉਹ ਬਾਕੀਆਂ ਵਾਸਤੇ ਡਿਸਟਰਬੈਂਸ ਬਣ ਸਕਦਾ ਹੈ ਜੀ। ਨੈਕਸਟ ਐਟੀਕੇਟ ਹੈ ਜੀ, ਵੀ ਜੀ ਸਲਾਈਡ ਚੇਂਜ ਕਰ ਦਿਓ। ਨੈਕਸਟ ਐਟੀਕੇਟ ਹੈ ਜੀ, ਡੋਂਟ ਯੂਜ਼ ਯੋਰ ਮੋਬਾਈਲ ਫੋਨ ਵਾਈਲ ਡਰਾਈਵਿੰਗ। ਮੋਬਾਈਲ ਫੋਨ ਡਰਾਈਵਿੰਗ ਦੇ ਟਾਈਮ ਤੇ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ। ਤੁਸੀਂ ਜਿਵੇਂ ਕਿ ਆਪਣੀ ਸਲਾਈਡ ਦੇ ਉੱਤੇ ਦੇਖ ਰਹੇ ਹੋ, ਸਕਰੀਨ ਦੇ ਉੱਤੇ ਦੇਖ ਰਹੇ ਹੋ, ਸਲਾਈਡ ਸ਼ੋ ਹੋ ਰਹੀ ਹੈ ਜੀ, ਉੱਥੇ ਇੱਕ ਪਿਕਚਰ ਤੇ ਤੁਸੀਂ ਦੇਖ ਰਹੇ ਹੋ ਇੱਕ ਕਾਰ ਹੈ, ਕਾਰ ਨੀਚੇ ਗਿਰ ਰਹੀ ਹੈ ਜੀ, ਖਾਈ ਦੇ ਵਿੱਚ ਗਿਰ ਰਹੀ ਹੈ ਜੀ।
पर फिर भी वो इंसान फोन ते गल कर रहा है जी, बहुत ही फनी इमेज है, फोन ते गल करते हुए भी कह रहा है आई थिंक यू आर लूजिंग मी, वो फोन ते गल करते हुए कह रहा है कि मैनू लग रहा है कि तुसी मैनू हुण खोल रहे हो, भाव कि उन्हें लग रहा है कि हुण उहदी डैथ नेड़े है। क्यों नेड़े है? क्योंकि उन्हें मोबाइल फोन की वरतों ड्राइविंग दे टाइम ते कीती। सानू मोबाइल फोन की वरतों ड्राइविंग दे टाइम बिल्कुल भी नहीं करनी जी। यूजिंग दैम कैन लीड टू एक्सीडेंट्स एंड कैन बी डेंजरस फॉर अदर्स लाइव्स एज वेल। अगर आप मोबाइल फोन ड्राइविंग दे टाइम ते यूज करांगे वो साडे लिए नुकसानदायक हो ही सकते ने, साडा एक्सीडेंट तो होएगा ही जी। ते अगर कोई किसी दे सामने असी टक्कर हो जाती है साडी किसी नाल तो उन्हें भी नुकसान पहुंच सकता है जी। दोनों लिए ही हार्मफुल है जी, हानिकारक है। ह्यूमन ब्रेन कैन डू ओनली वन थिंग एट अ टाइम, सो यूजिंग इट डेविएट्स द अटेंशन ऑफ अ ड्राइवर। डेविएट्स का मतलब उसका ध्यान भटक जाता है ड्राइविंग तो, ड्राइवर है एक टाइम पे फोकस करके ड्राइविंग कर सकता है। अगर वो ड्राइविंग के टाइम पे फोन यूज कर रहा है, भावे वह कॉल कर रहा है या भावे वह टेक्स्ट कर रहा है, मैसेज कर रहा है, तो भी उसका ध्यान भटकेगा जिदे कारण एक्सीडेंट्स हो सकते हैं जी। सो सानू ध्यान रखना चाहिए तो यह एटिकेट न यह गुड मैनर अपनाना चाहिए है ताकि असी एक्सीडेंट्स तो बच सकिए जी। बीजी नेक्स्ट स्लाइड प्लीज। नेक्स्ट एटिकेट है जी, लो योर वॉइस व्हेन टेकिंग कॉल्स इन पब्लिक। सानू हमेशा आवाज अपनी घट रखनी चाहिए है जो भी असी कॉल्स ले रहे हैं पब्लिक दे विच। पब्लिक तो भाव है कि असी कितने बाहर है गया जिथे आस पास बहुत लोग ने साडे नाल, उन्होंने डिस्टर्बेंस ना हो सू अपनी आवाज नीवी रख के गल करनी चाहिए ताकि दूसरे परसन आप डिस्टर्ब ना करिए जी। सू कभी भी फोन से चीकना नहीं चाहिए, अगर असी चीकते हैं साडा इंप्रैशन दूजे ते गलत पैंदा है जी। अगर मन लें कि अगर कोई एमरजेंसी है तुसी कोई फोन कॉल लेना है तो फोन कॉल का कनैक्शन जो हैगा नैटवर्क प्रॉब्लम करके ठीक नहीं आ रहा, तो तुसी सिर्फ उन्होंने इन्ना कह दो कि जिहड़ी साडी कन्वर्सेशन है, कन्वर्सेशन जिहड़ी साडी गलबात है मैनू सुनाई नहीं दे रही जी, इनऑडिबल है। इनऑडिबल तो भाव है मैनू सुनाई नहीं दे रही जी। असी कई बार ये वर्ड इनऑडिबल यूज करते हाँ कि हाँ जी थोड़ी आवाज इनऑडिबल है जी। असी जो कैंप लगा रहे हैं कैंप के भी बहुत बारी सुनने तो मिले होगा इनऑडिबल। इनऑडिबल तो भाव है सानू आवाज सुनाई नहीं दे रही जी। सानू अगर ऐदा कदी हुंदा है तो अगर फोन का कनैक्शन वीक है रादर दैन आप उत्थे चीकना शुरू कर दिए आवाज नहीं आ रही उच्ची उच्ची बोलीए, उस तो बैटर है जी कि असी कहीए कि सानू तुसी रुक के कॉल करना हुणे कनैक्शन थोड़ा वीक है। नेवर शाउट ऑन द फोन, ऑलवेज बी सॉफ्ट एंड पोलाइट, डोंट यूज फाउल और अब्यूजिव लैंग्वेज। फाउल और अब्यूजिव लैंग्वेज तो भाव है सानू गंदी लैंग्वेज विच गल नहीं करनी चाहिए। वो तो हर सिख का फर्ज है कि असी कभी भी गंदी लैंग्वेज नू अपने जीवन विच ना लेके आईए, हमेशा ही निम्रता नाल प्यार नाल गल करिए एक चंगे गुरसिख बनीए। ते अगर यह साडे करैक्टर दे विच दा पार्ट बन जाए कि असी निम्रता नाल गल करनी है, सॉफ्टली गल करनी है, तो भावें असी घर होइए या बाहर होइए इहनू आपां हमेशा अपनावांगे ते प्यार नाल ही गल करांगे जी। नैक्सट स्लाइड भी जी। नेक्स्ट जो एटिकेट जो गुड मैनर असी अपनाना है जी वो हैगा रिंगटोन्स दे नाल रिलेटेड। डोंट यूज जैजी रिंगटोन्स। जैजी तो भाव है लाउड रिंगटोन्स या कोई गाने आपां लगा दिंदे आ। अजकल दी जिहड़ी यूथ है वो बहुत सारा गाने विच बहुत इनग्रॉस हो गई। इनग्रॉस मतलब बहुत ही उहदे अंदर वड़ गई कि हाँ जी गाने लगाने नाल जी मेरी परसनैलिटी बहुत वधिया लगेगी, अगर कोई कहेगा जी हाँ जी गाने लगाए हुए। बट नहीं, यह बहुत ही गलत इंप्रैशन पाता है। सानू कभी भी जैजी रिंगटोन लाउड रिंगटोन्स नहीं लगानी चाहिए जी। यूज सिंपल एंड प्लेजेंट रिंगटोन्स इंस्टेड। सानू सिंपल ते प्लेजेंट रिंगटोन्स लगानी चाहिए है जो कि सारे मोबाइल फोन दे विच ऑलरेडी प्रेजेंट होंगी है जी। आपा की करते हैं उन्होंने रिंगटोन्स नू छड़ के कोई अपने पसंद के कोई गाने लगा ले कुछ भी जो कि बहुत ही गंदा इंप्रैशन पाएगा। ऑलवेज रिमैंबर, तुहानू हमेशा याद रखना चाहिए। एक स्टडी भी कहती है जो तुसी रिंगटोन्स लगा रहे हो या जो तुसी डाटा शेयर कर दे हो फोन के उत्ते वो काफ़ी हद तक तुहाडी परसनैलिटी नू डिपेक्ट करता है। हाँ जी, ये बिल्कुल सही है और इस सर्वे ने प्रूफ भी किया हुआ है
कि अगर असी कुछ ऐदा दा शेयर करदे आ जो कि नहीं ठीक इनअप्रोप्रिएट है तो साढ़े ते केस भी हो सकता है, क्योंकि जो असी व्हाट्सएप ते या फिर कोई भी सोशल नेटवर्किंग साइट्स ते शेयर करदे आ जी, वह सारा कुछ रिकॉर्ड हो रहा है, सारा डेटा गूगल को स्टोर हो रहा है। अगर कोई भी सानू कोई भी अगर आप इमेज या कोई भी ऐदा दा डाटा शेयर करता है जो कि नहीं करना चाहिए तो साढ़े ते केस भी हो सकता है, तो सानू इस चीज़ तो बच के रहना चाहिए जी, हमेशा सोच समझ के सानू डाटा फॉरवर्ड करना चाहिए जी। What ringtone says about you if you are embarrassed? Your ringtone in certain situation is a, it's a wrong choice. ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹ ਕਾਫੀ ਹੱਦ ਤੱਕ ਡਿਪਿਕਟ ਕਰੇਗੀ ਅਗਰ ਤੁਸੀਂ ਰਿੰਗਟੋਨ ਲਗਾਈ ਹੈ। ਜਿੰਨੇ ਗਾਣੇ ਵਗੈਰਾ ਲਗਾਏਗੇ ਉਹ ਸਾਰੇ ਉਹਦੀ ਰਿੰਗਟੋਨ ਤੋਂ ਹੀ ਪਤਾ ਚੱਲ ਜਾਏਗਾ ਕਿਹੜੀ ਪਰਸਨੈਲਿਟੀ ਨੂੰ ਬਿਲੋਂਗ ਕਰਦੇ ਹੈ। ਲਾਊਡ ਰਿੰਗਟੋਨ ਡਿਸਟਰਬਸ ਪੀਪਲ ਹੂ ਆਰ ਅਰਾਊਂਡ ਯੂ। ਜਿਹੜੀ ਲਾਊਡ ਰਿੰਗਟੋਨ ਹੈ ਉਹ ਦੂਸਰੇ ਲੋਕਾਂ ਨੂੰ ਬਹੁਤ ਹੀ ਡਿਸਟਰਬ ਕਰੇਗੀ। ਤੁਸੀਂ ਕਿਤੇ ਵੀ ਬਾਹਰ ਹੋ ਅਗਰ ਤੁਹਾਨੂੰ ਗਾਣਾ ਵੱਜ ਜਾਵੇ, ਤੁਸੀਂ ਗਾਣੇ ਦੀ ਰਿੰਗਟੋਨ ਲਗਾਈਏ ਤੇ ਤੁਹਾਨੂੰ ਕੋਈ ਕਾਲ ਆਇਆ ਤਾਂ ਗਾਣਾ ਵੱਜ ਗਿਆ, ਉਹ ਬਹੁਤ ਹੀ ਡਿਸਟਰਬਿੰਗ ਹੋ ਜਾਏਗਾ ਬਾਕੀ ਸਾਰਿਆਂ ਵਾਸਤੇ। ਦ ਫੋਨ ਪਿਕ ਅਪ ਦ ਫੋਨ ਇਨ ਥਰੀ ਰਿੰਗਸ ਜਾਂ ਟੇਕ ਦ ਕਾਲ ਇਨ ਥਰੀ ਰਿੰਗਸ। ਅਗਰ ਤੁਹਾਨੂੰ ਬਾਰ ਬਾਰ ਕਿਸੇ ਇੱਕੋ ਪਰਸਨ ਦਾ ਕਾਲ ਆਈ ਜਾ ਰਿਹਾ ਹੈ ਤਾਂ ਇਹ ਵੀ ਇੱਕ ਗੁੱਡ ਮੈਨਰ ਦੇ ਅੰਡਰ ਹੀ ਆਏਗਾ ਤੇ ਆਪਾਂ ਨੂੰ ਸਾਨੂੰ ਉਹ ਕਾਲ ਲੈ ਲੈਣਾ ਚਾਹੀਦਾ। ਕਿਉਂ ਲੈ ਲੈਣਾ ਚਾਹੀਦਾ? ਕਿਉਂਕਿ ਅਗਰ ਤੁਹਾਨੂੰ ਇੱਕ ਕਾਲ ਬਾਰ ਬਾਰ ਆ ਰਿਹਾ ਇਹਦਾ ਮਤਲਬ ਸਾਫ਼ ਹੈ ਕਿ ਉਸ ਪਰਸਨ ਨੂੰ ਬਹੁਤ ਹੀ ਜ਼ਰੂਰੀ ਗੱਲ ਕਰਨੀ ਹੈ ਤੁਹਾਡੇ ਨਾਲ। ਤੇ ਅਗਰ ਅਸੀਂ 2 ਮਿੰਟ ਵਾਸਤੇ ਉਹ ਕਾਲ ਲੈ ਕੇ ਉਹਨਾਂ ਗੱਲ ਕਰ ਲਾਂਗੇ ਤਾਂ ਉਹ ਬੈਟਰ ਹੋਏਗਾ, ਸਾਡੇ ਗੁੱਡ ਮੈਨਰਸ ਦੇ ਅੰਡਰ ਹੀ ਆਏਗਾ ਜੀ ਇਹ ਵੀ। ਨੈਕਸਟ ਸਲਾਈਡ ਵੀ ਜੀ। ਹਾਂਜੀ, ਹੁਣ ਆ ਗਏ ਜੀ ਨੈਕਸਟ ਐਟੀਕੇਟ ਜੋ ਸਾਡਾ ਹੈਗਾ ਹੈ, ਅਵੋਇਡ ਟੇਕਿੰਗ ਕਾਲਸ ਵੈਨ ਯੂ ਆਰ ਆਲਰੇਡੀ ਇੰਗੇਜਡ ਇਨ ਫੇਸ ਟੂ ਫੇਸ ਕਨਵਰਸੇਸ਼ਨ। ਸਾਨੂੰ ਕਾਲਸ ਤਦ ਨਹੀਂ ਲੈਣੀ ਚਾਹੀਦੀ ਜੀ ਜਦੋਂ ਅਸੀਂ ਫੇਸ ਟੂ ਫੇਸ ਕਨਵਰਸੇਸ਼ਨ ਕਰ ਰਹੇ ਹਾਂ। ਕਨਵਰਸੇਸ਼ਨ ਦਾ ਮਤਲਬ ਅਸੀਂ ਫੇਸ ਟੂ ਫੇਸ ਆਮਨੇ ਸਾਹਮਣੇ ਬੈਠ ਕੇ ਕਿਸੇ ਨਾਲ ਗੱਲ ਕਰ ਰਹੇ ਹਾਂ ਤੇ ਤਾਂ ਵੀ ਅਸੀਂ ਕਾਲਸ ਲਈ ਜਾ ਰਹੀਏ ਤੇ ਉਹ ਚੰਗੀ ਗੱਲ ਨਹੀਂ ਹੁੰਦੀ ਜੀ। ਕਿਉਂਕਿ ਅੱਜ ਦੇ ਟਾਈਮ ਤੇ ਵੈਸੇ ਜੋ ਆਮ ਦੇਖਣ ਨੂੰ ਮਿਲ ਰਿਹਾ ਹੈ, ਭਾਵੇਂ ਉਹ ਮੰਮਾ ਹੋਵੇ, ਭਾਵੇਂ ਉਹ ਪਾਪਾ ਹੋਣ ਫੈਮਿਲੀ ਦੇ ਵਿੱਚ ਜਾਂ ਭਾਵੇਂ ਉਹ ਬੱਚੇ ਹੋਣ, ਸਾਰੇ ਆਪਣੇ ਆਪਣੇ ਫੋਨ ਤੇ ਲੱਗ ਜਾਂਦੇ ਨੇ। ਕੋਈ ਇੱਕ ਦੂਸਰੇ ਦੀ ਫੈਮਿਲੀ ਜਿਹੜੀ ਇੰਟਰੈਕਸ਼ਨ ਹੈ ਉਹ ਬਿਲਕੁਲ ਖਤਮ ਹੋ ਗਈ ਹੈ। ਸਾਰੇ ਆਪਣੇ ਫੋਨ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਨੇ। ਜਿਹੜੀ ਲੋਗੋ ਸਾਨੂੰ ਪਹਿਲੇ ਹੈਗਾ ਸੀ ਸੋਸਾਇਟੀ ਦੇ ਵਿੱਚ, ਆਰ ਫੈਮਿਲੀ ਫਸਟ ਮੋਬਾਈਲ ਨੈਕਸਟ, ਆਰ ਫੈਮਿਲੀ ਫਸਟ ਮੋਬਾਈਲ ਨੈਕਸਟ, ਫੈਮਿਲੀ ਨੂੰ ਫਸਟ ਪ੍ਰਿਓਰਟੀ ਦਿੱਤੀ ਜਾਂਦੀ ਸੀ ਤੇ ਮੋਬਾਈਲ ਨੂੰ ਨੈਕਸਟ ਪ੍ਰਿਓਰਟੀ ਦਿੱਤੀ ਜਾਂਦੀ ਸੀ। ਬਟ ਅੱਜ ਦੇ ਟਾਈਮ ਤੇ ਸਾਰੇ ਜੋ ਲੋਕ ਨੇ ਉਹ ਕੀ ਕਰ ਰਹੇ ਨੇ, ਮੋਬਾਈਲ ਨੂੰ ਫਸਟ ਪੋਜੀਸ਼ਨ ਤੇ ਰੱਖ ਰਹੇ ਨੇ, ਪਹਿਲਾ ਦਰਜਾ ਦੇ ਰਹੇ ਨੇ ਤੇ ਫੈਮਿਲੀ ਨੂੰ ਪਿੱਛੇ ਕਰਤਾ, ਜੋ ਕਿ ਇੱਕ ਚੰਗੀ ਗੱਲ ਨਹੀਂ ਹੈ ਜੀ। ਸਾਨੂੰ ਏਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ। ਸਾਨੂੰ ਹਮੇਸ਼ਾ ਫੈਮਿਲੀ ਟਾਈਮ ਨੂੰ ਸਪੈਂਡ ਕਰਨਾ ਚਾਹੀਦਾ। ਜੋ ਸਾਡਾ ਫੈਮਿਲੀ ਟਾਈਮ ਹੈ ਉਸ ਟਾਈਮ ਤੇ ਫੋਨ ਕਾਲਸ ਨਾ ਲਓ ਜੀ, ਹਮੇਸ਼ਾ ਉਹਨੂੰ ਯੂਟੀਲਾਈਜ਼ ਕਰੋ। ਫੈਮਿਲੀ ਨਾਲ ਵੀ ਟਾਈਮ ਸਪੈਂਡ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਤੁਹਾਡਾ ਬਾਕੀ ਕੰਮ। ਇਟ ਵੁੱਡ ਬੀ ਵੈਰੀ ਰੂਡ ਔਨ ਆਰ ਪਾਰਟ ਇਫ ਵੀ ਟੇਕ ਕਾਲਸ ਵੈਨ ਵੀ ਆਰ ਆਲਰੇਡੀ ਟਾਕਿੰਗ ਟੂ ਸਮਵਨ। ਇਹ ਬਹੁਤ ਹੀ ਰੂਡ ਹੋਏਗਾ ਸਾਡੇ ਪਾਰਟ ਤੇ ਅਗਰ ਅਸੀਂ ਕਾਲਸ ਲੈ ਰਹੇ ਹਾਂ ਤੇ ਦੂਸਰਾ ਬੰਦਾ ਜੋ ਸਾਡੇ ਨਾਲ ਕਨਵਰਸੇਸ਼ਨ ਕਰ ਰਿਹਾ ਹੈ ਉਹ ਵੀ ਸੋਚੇਗਾ ਕਿ ਇਹ ਮੇਰੇ ਨਾਲ ਗੱਲ ਕਰਨ ਆਇਆ ਹੈ ਕਿ ਫੋਨ ਕਾਲਸ ਅਟੈਂਡ ਕਰਨ ਆਇਆ, ਤੋ ਇੱਕ ਅੱਛਾ ਇੰਪ੍ਰੈਸ਼ਨ ਨਹੀਂ ਪਾਏਗਾ ਉਹਦੇ ਤੇ ਸਾਡੇ ਬਾਰੇ। ਇਸ ਲਈ ਇੱਕ ਚੰਗਾ ਨਾਗਰਿਕ, ਇੱਕ ਚੰਗਾ ਸਿਟੀਜ਼ਨ ਬਣਨ ਵਾਸਤੇ, ਚੰਗੀ ਆਦਤਾਂ ਨੂੰ ਅਪਣਾਉਣ ਵਾਸਤੇ ਸਾਨੂੰ ਇਹ ਐਟੀਕੇਟ ਵੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਪਵੇਗਾ ਜੀ। ਸਾਨੂੰ ਕਦੀ ਵੀ ਫੋਨ ਕਾਲਸ ਅਗਰ ਅਸੀਂ ਫੈਮਿਲੀ ਨਾਲ ਹਾਂ ਤਾਂ ਸਾਨੂੰ ਨਹੀਂ ਲੈਣੀ ਚਾਹੀਦੀ। ਇੱਕ ਗੱਲ ਮੈਂ ਇਹਦੇ ਵਿੱਚ ਜ਼ਰੂਰ ਐਡ ਕਰਾਂਗੇ ਜੀ, ਅਗਰ ਕੋਈ ਤੁਹਾਨੂੰ ਬਾਰ ਬਾਰ ਕਾਲ ਕਰ ਰਿਹਾ ਹੈ, ਤੁਸੀਂ ਤਦ ਕੋਈ ਐਮਰਜੈਂਸੀ ਹੋ ਸਕਦੀ ਹੈ, ਤੁਸੀਂ ਤਦ ਕਾਲ ਜ਼ਰੂਰ ਅਟੈਂਡ ਕਰੋ ਜੀ। ਇਹ ਨਹੀਂ ਮੈਂ ਕਹਿ ਰਹੀ ਕਿ ਤੁਸੀਂ ਬਿਲਕੁਲ ਕਾਲ ਲੈਣੀ ਹੀ ਨਹੀਂ, ਬਟ ਅਗਰ ਕੋਈ ਐਮਰਜੈਂਸੀ ਹੈ ਤਾਂ ਤੁਹਾਨੂੰ ਕਾਲ ਜ਼ਰੂਰ ਲੈਣੀ ਚਾਹੀਦੀ ਹੈ ਜੀ। ਜੀ ਨੈਕਸਟ ਸਾਈਡ ਪਲੀਜ਼। ਅਵੋਇਡ ਮਲਟੀ ਟਾਸਕਿੰਗ। ਮਲਟੀ ਟਾਸਕਿੰਗ ਤੋਂ ਭਾਵ ਹੈ ਜੀ ਇੱਕ ਕੰਮ ਇੱਕ ਟਾਈਮ ਤੇ ਇੱਕ ਕੰਮ ਕਰਨਾ। ਅਗਰ ਅਸੀਂ ਬਹੁਤ ਸਾਰੇ ਕੰਮ ਇੱਕੋ ਟਾਈਮ ਤੇ ਕਰੀਏ ਤਾਂ ਉਹਨੂੰ ਕਵਾਂਗੇ ਆਪਾਂ ਮਲਟੀ ਟਾਸਕਿੰਗ। ਪਰ ਸਾਨੂੰ ਅਗਰ ਅਸੀਂ ਜਿਵੇਂ ਕਿ ਹੁਣ ਮੈਂ ਪਿੱਛੇ ਤੁਹਾਨੂੰ ਦੱਸਿਆ ਕਿ ਅਗਰ ਆਪਾਂ ਇੰਟਰੈਕਸ਼ਨ ਕਰ ਰਹੇ ਹਾਂ ਫੈਮਿਲੀ ਨਾਲ ਤਾਂ ਬੈਟਰ ਹੈ ਆਪਾਂ ਫੈਮਿਲੀ ਨਾਲ ਹੀ ਇੰਟਰੈਕਸ਼ਨ ਕਰੀਏ ਰਾਦਰ ਦੈਨ ਕਿ ਆਪਾਂ ਕਹੀਏ ਕਿ ਜੇ ਅਸੀਂ ਫੋਨ ਕਰਕੇ ਆਏ ਅਸੀਂ ਫਰੈਂਡਸ ਨਾਲ ਫੋਨ ਤੇ ਗੱਲ ਕਰ ਲਈਏ।
जो फैमिली टाइम वो फैमिली टाइम है, ओदा मल्टीटास्किंग दी मैं गल करांगी कि अगर आप ड्राइव कर रहे हैं सानू सिर्फ ड्राइव करनी चाहिए है रादर देन असी होर काम करिए, फोन चला लिए या फिर साडे नाल जिहड़ा बैठा ओहदे नाल ही गल्लां मारन लग पैंदे, वह भी चीज बहुत गलत है जी। एक टाइम ते एक काम किया जाए। सो सानू कॉल्स कदों नहीं करनी चाहिए, अवॉइड मेकिंग कॉल्स वाइल ड्राइविंग, शॉपिंग, बैंकिंग, वेटिंग इन अ क्यू, डूइंग एनीथिंग दैट इनवॉल्व इंटरैक्टिंग विद अदर ह्यूमन बीइंग। सानू ड्राइविंग करते टाइम, सानू शॉपिंग करते टाइम, सानू बैंकिंग अगर आप बैंक से गए तद भी सानू कॉल्स अवॉइड करनी चाहिए, उसे स्पेशल बोर्ड भी लगे होंगे। नैक्सट स्लाइड वीर जी, नैवर लीव योर फोन विद स्ट्रेंजर। सानू कभी भी स्ट्रेंजर के कोल, अननोन स्ट्रेंजर तो भाव है अननोन परसन, सानू कभी भी अननोन परसन के कोल फोन नहीं छड़ना चाहिए जी। बी केयरफुल विद योर फोन, सानू साडे फोन का भी बहुत ध्यान रखना चाहिए। असी अननोन बंदे नू अगर अपना फोन पकड़ा के जाने तो वह फोन मिसयूज कर सकता है कि जो साडे वास्ते हानिकारक हो सकता है, साडे वास्ते नुकसानदायक हो सकता है। नैक्सट स्लाइड वीर जी, नैक्सट एटीकेट है जी स्पीक क्लीयरली। सानू साफ साफ बोलना चाहिए, जो भी असी फोन ते गल कर रहे हैं सानू साफ साफ गल करनी चाहिए है जी। रादर दैन असी कहिए कि असी कुछ भी बोल रहे हैं, असी बड़ा सानू कोई बड़ा देख रहा है। अ पिक्चर पेंट्स 1000 words बट द कॉलर ऑन द अदर एंड ऑफ द फोन कैन ओनली हेयर यू। हम पिक्चर है वो एक पेंटिंग आप बनाई, सानू काफी कुछ देखने को मिलेगा और साफ कुछ डिपिक्ट हो रहा है, सारा कुछ बिल्कुल साफ साफ डिपिक्ट हो रहा है। ऐदा ही जो कॉलर है वो तुम्हें देख तो नहीं रहा बट तुम्हारी आवाज तो तुम्हें पहचान लेगा कि तुम किस टाइप के परसन हो, इसलिए सानू साफ साफ गल करनी चाहिए है। अगर आप गल कर रहे हैं कुछ खा रहे हैं तो फिर गल कर रहे हो, आवाज क्लीयर नहीं जाएगी। नो डाउट वह साडा फेस से बॉडी लैंग्वेज नहीं देख रहा बट फिर भी वो साडी आवाज तो काफी कुछ पहचान लेगा कि असं किस टाइप के। सानू प्यार नाल गल करनी चाहिए, निम्रता नाल गल करनी चाहिए है, खुश होकर गल करनी चाहिए है, तो साफ साफ गल करनी चाहिए है। नैक्सट स्लाइड वीर जी, डोंट टॉक टू लोंग। सानू बहुत लंबी देर गल नहीं करनी चाहिए, असी की करते हैं फोन ते लग जाने फालतू गल्ला मारी जावांगे, उही टाइम आपां यूटिलाइज करके कुछ होर प्रोडक्टिव कर सकीए, कुछ होर वधिया कर सकीए, आपां ओ टाइम यूटिलाइज करके कुछ नवा सीख सकते हैं, कुछ नवा बना सकते हैं। इसलिए ज्यादातर आप कर रहे हैं, आप ज्यादातर अपना टाइम फोन से स्पेंड कर रहे हैं, आप वट्सएप चला लिया, फेसबुक, इंस्टाग्राम, आप सब उलझे हुए हैं जो कि सानू ऐसा बिल्कुल नहीं करना चाहिए। सानू फोन से भी ज्यादा टाइम नहीं स्पेंड करना चाहिए, ना ही फालतू गल्लां विच टाइम स्पेंड करना चाहिए। तो एक गल होर दसदा, जिहड़ी फोन से आप गल करते हैं जिनी लंबी साडी गल होएगी उन्नी ज्यादा रेडिएशन फोन तो निकलती है और जो कि साडे वातावरण वास्ते काफी हानिकारक हो सकती है जी। सो सानू घट गल करनी चाहिए, लिमिटेड गल करनी चाहिए है जी। जो पॉइंट टू पॉइंट गल है जरूरी गल है केवल वही फोन ते करो, लंबी गल करनी है तो तुसी खुद जाके पर्सन नू मीट करो ते तुसी तद उन्हां दे नाल गल कर सकते हो जी। नैक्सट स्लाइड वीर जी, डोंट यूज मोबाइल फोन वाइल टॉकिंग टू गॉड। ਇਹ ਸਭ ਤੋਂ ਜ਼ਰੂਰੀ ਮੇਰੇ ਹਿਸਾਬ ਨਾਲ ਐਟੀਕੇਟ ਹੈ ਕਿ ਸਾਨੂੰ ਹਮੇਸ਼ਾ ਕਦੇ ਵੀ ਅਸੀਂ ਆਪਾਂ ਵਰਸ਼ਿਪ ਕਰਨ ਜਾਂਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਕਿਸੇ ਵੀ ਧਰਮ ਸਥਾਨ ਤੇ ਜਾਂਦੇ ਹਾਂ ਜਾਂ ਆਪਾਂ ਘਰ ਵੀ ਹੈਗੇ ਹਾਂ, ਆਪਾਂ ਕੀ ਕਰਦੇ ਹਾਂ ਆਪਾਂ ਪਾਠ ਕਰਦੇ ਟਾਈਮ ਟਾਈਮ ਵੀ ਆਪਾਂ ਫੋਨ ਚਲਾਉਂਦੇ ਰਹਿੰਦੇ ਹਾਂ ਜੋ ਕਿ ਬਹੁਤ ਹੀ ਗਲਤ ਗੱਲ ਹੈ ਜੀ। ਸਾਨੂੰ ਕਦੇ ਵੀ ਏਦਾਂ ਨਹੀਂ ਕਰਨਾ ਚਾਹੀਦਾ। ਜਦੋਂ ਸਾਡਾ ਵਰਸ਼ਿਪ ਟਾਈਮ ਹੈ, ਜਦੋਂ ਸਾਡਾ ਪ੍ਰੇਅਰ ਟਾਈਮ ਹੈ, ਜਦੋਂ ਸਾਡਾ ਪਾਠ ਕਰਨ ਦਾ ਟਾਈਮ ਹੈ, ਤਦ ਸਾਨੂੰ ਕੇਵਲ ਤੇ ਕੇਵਲ ਉਹਦੇ अगर असी गुड सिटीजन गुड ह्यूमन बीइंग्स बनना है जी, गुरु साहिब दे गुड बच्चे बनना है असी सारिया ने, तो सानू फोन कॉल्स या फोन यूज नहीं करना चाहिए जदों असी वाहिगुरु जी नाल गल्लां कर रहे हैं, पाठ कर रहे हैं या बाणी पढ़ रहे हैं। इस गल का बिल्कुल ध्यान रखो जी। नैक्सट स्लाइड भी जी, रिस्पेक्ट अदर्स प्राइवेसी। नैक्सट स्लाइड है जी, तुसी सारे अपनी स्क्रीन से देख रहे हो,
ਸਾਨੂੰ ਦੂਜਿਆਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਣਾ ਚਾਹੀਦਾ ਹੈ, ਰਿਸਪੈਕਟ ਦੇਣੀ ਚਾਹੀਦੀ ਹੈ ਉਸ ਚੀਜ਼ ਨੂੰ। ਪ੍ਰਾਈਵੇਸੀ ਤੋਂ ਮਤਲਬ ਹੈ ਕਿ ਅਸੀਂ ਕੁਛ ਵੀ ਕਿਸੇ ਦੀ ਪ੍ਰਾਈਵੇਸੀ ਡਿਸਟਰਬ ਨਹੀਂ ਕਰਨੀ ਹੈਗੀ। ਅਗਰ ਅਸੀਂ ਗੱਲ ਕਰਨੀ ਹੈ, ਕੋਈ ਪਰਸਨਲ ਟਾਈਮ ਹੈ ਉਹਨਾਂ ਦਾ, ਕੋਈ ਪਰਸਨਲ ਲਾਈਫ ਹੈ, ਉਹਨੂੰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਲੈ ਕੇ ਆਉਣਾ ਚਾਹੀਦਾ ਸਾਨੂੰ। ਤੇ ਸਾਨੂੰ ਕਿਸੇ ਦੀ ਫੋਟੋ, ਕਿਸੇ ਦੀ ਵੀਡੀਓ ਬਿਨਾਂ ਪਰਮਿਸ਼ਨ ਦੇ, ਬਿਨਾਂ ਉਹਨਾਂ ਤੋਂ ਪੁੱਛੇ ਨਹੀਂ ਖਿੱਚਣੀ ਚਾਹੀਦੀ ਜੀ। ਹਾਂਜੀ, ਬਿਲਕੁਲ ਕਲਿੱਕ ਨਹੀਂ ਕਰਨੀ ਤੁਸੀਂ ਸਾਰਿਆਂ ਨੇ, ਕਿਸੇ ਦੀ ਵੀ ਫੋਟੋ, ਕਿਸੇ ਦੀ ਵੀਡੀਓ ਨਹੀਂ ਬਣਾਉਣੀ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ। ਸੈਕਿੰਡ ਹੈ ਜੀ, ਵੀ ਸ਼ੁੱਡ ਆਲਸੋ ਨੋਟ ਯੂਜ਼ ਅਦਰਸ ਫੋਨ ਵਿਦਆਊਟ ਆਸਕਿੰਗ ਦੈਮ। ਕਿਸੇ ਦੂਜੇ ਦਾ ਫੋਨ ਅਸੀਂ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਯੂਜ਼ ਕਰਨਾ। ਇਹ ਵੀ ਸਾਡੇ ਗੁੱਡ ਐਟੀਕੇਟਸ ਦੇ ਵਿੱਚ ਹੀ ਆਏਗਾ ਜੀ। ਨੈਕਸਟ ਸਲਾਈਡ ਵੀ ਜੀ। ਹਾਂਜੀ, ਹੁਣ ਇਸ ਲਾਸਟ ਸਲਾਈਡ ਹੈ ਜੀ, ਮੋਬਾਈਲ ਫੋਨ ਡੂਜ਼ ਐਂਡ ਡੋਂਟਸ। ਹੁਣ ਸੈਸ਼ਨ ਨੂੰ ਰੈਪ ਅਪ ਕਰਦੇ ਹਾਂ। ਡੂਜ਼ ਦੇ ਵਿੱਚ ਆ ਜਾਏਗਾ, ਕੀਪ ਯੋਰ ਮੋਬਾਈਲ ਫੋਨ ਔਨ ਸਾਇਲੈਂਟ ਮੋਡ ਵੈਨ ਆਊਟਸਾਈਡ ਯੋਰ ਹੋਮ। ਸਾਨੂੰ ਹਮੇਸ਼ਾ ਸਾਇਲੈਂਟ ਮੋਡ ਤੇ ਰੱਖਣਾ ਚਾਹੀਦਾ ਹੈ। ਅਗਰ ਸਾਡੀ ਕਲਾਸ ਜਦ ਤੱਕ ਖਤਮ ਨਹੀਂ ਹੋ ਜਾਂਦੀ, ਸਕੂਲ ਹੋਵੇ, ਕਾਲਜ ਹੋਵੇ, ਅਸੀਂ ਕਿਤੇ ਵਰਕ ਪਲੇਸ ਤੇ ਹੀ ਹੈਗੇ, ਕਿਤੇ ਕੰਮ ਕਰ ਰਹੇ ਹਾਂ, ਜਦ ਤੱਕ ਉਹ ਸੈਸ਼ਨ ਓਵਰ ਨਹੀਂ ਹੋ ਜਾਂਦਾ, ਸਾਨੂੰ ਫੋਨ ਕਾਲਸ ਅਟੈਂਡ ਨਹੀਂ ਕਰਨੀ ਚਾਹੀਦੀ ਜੀ। ਸਾਨੂੰ ਜਿਹੜੀ ਸ਼ਾਂਤੀ ਵਾਲੀ ਜਗ੍ਹਾਵਾਂ ਹੁੰਦੀ ਹੈ, ਅਗਰ ਆਪਾਂ ਪੜ੍ਹ ਰਹੇ ਹਾਂ ਜਾਂ ਆਪਾਂ ਲਾਇਬ੍ਰੇਰੀ ਬੈਠੇ ਹਾਂ, ਔਰ ਅਸੀਂ ਆਫਿਸ ਬੈਠੇ ਹਾਂ, ਜਾਂ ਅਸੀਂ ਕਲਾਸਰੂਮ ਵਿੱਚ ਹੈਗੇ ਹਾਂ, ਜਾਂ ਕਾਲਜ ਹੈਗੇ, ਜਾਂ ਟਿਊਸ਼ਨ ਵੀ ਜਾ ਰਹੇ ਹਾਂ, ਸਾਨੂੰ ਆਪਣਾ ਫੋਨ ਸਾਇਲੈਂਟ ਤੇ ਰੱਖਣਾ ਚਾਹੀਦਾ ਤੇ ਉਸ ਟਾਈਮ ਤੇ ਉਸ ਡਿਊਰੇਸ਼ਨ ਦੇ ਵਿੱਚ ਫੋਨ ਕਾਲਸ ਨਹੀਂ ਲੈਣੀ ਚਾਹੀਦੀ ਸੀ। Use your phone for educational purposes such as for studying and searching information. Sanu hamesha sirf aur sirf jehde bacche ne khaas karke oh gal dhyan naal sunan, sanu phone educational purposes waste use karna chahiye. Educational purposes da to bhav hai ji, sanu hamesha phone padhai de waste hi use karna chahiye. Assi ki karde ha, assi ohde te video games khel lende ha jo sanu bilkul nahi khelni chahiye. Oh time nu utilize karke appa ਹੋਰ ਪਾਸੇ ਲਗਾਈਏ, ਚੰਗੇ ਪਾਸੇ ਲਗਾਈਏ, ਤੇ ਆਪਾਂ ਟਾਈਮ ਨੂੰ ਵੇਸਟ ਨਾ ਕਰੀਏ। ਵੀਡੀਓ ਗੇਮ ਦੀ ਜਗ੍ਹਾ ਤੁਸੀਂ ਕੋਈ ਐਕਸਰਸਾਈਜ਼ ਕਰ ਸਕਦੇ ਹੋ, ਤੁਸੀਂ ਭੱਜਣ ਵਾਲੀ ਕੋਈ ਐਕਟੀਵਿਟੀ, ਰਨਿੰਗ ਵਾਲੀ ਕੋਈ ਐਕਟੀਵਿਟੀ ਕਰ ਸਕਦੇ ਹੋ। ਅਸੀਂ ਫੋਨ ਦੇ ਨਾਲ ਇੰਨਾ ਅਡਿਕਟ ਨਹੀਂ ਹੋਣਾ ਕਿ ਅਸੀਂ ਉਹਨੂੰ ਬਾਕੀ ਚੀਜ਼ਾਂ ਨੂੰ ਕਰਨੇ ਹੀ ਭੁੱਲ ਜਾਈਏ। ਡੋਂਟਸ ਦੇ ਵਿੱਚ ਆ ਜਾਏਗਾ ਜੀ, ਓਵਰ ਯੂਜ਼ ਯੋਰ ਫੋਨ ਡਿਊਰਿੰਗ ਸੋਸ਼ਲ ਆਰਸ। ਡੋਂਟਸ ਤੋਂ ਭਾਵ ਹੈ ਸਾਨੂੰ ਇਹ ਚੀਜ਼ਾਂ ਨਹੀਂ ਕਰਨੀ, ਸਾਨੂੰ ਓਵਰ ਯੂਜ਼ ਨਹੀਂ ਕਰਨਾ ਚਾਹੀਦਾ ਫੋਨ। ਲੈਟ ਯੋਰ ਫੋਨ ਇੰਟਰਫੇਅਰ, ਸਾਨੂੰ ਆਪਣਾ ਫੋਨ ਜੋ ਅਸੀਂ ਫੈਮਿਲੀ ਨਾਲ ਵਿਚਰ ਰਹੇ ਹਾਂ ਉਹਦੇ ਵਿੱਚ, ਜਾਂ ਫਰੈਂਡਸ ਨਾਲ ਆਪਾਂ ਗੱਲ ਕਰ ਰਹੇ ਉਹਦੇ ਵਿੱਚ, ਸਾਨੂੰ ਆਪਣਾ ਫੋਨ ਨੂੰ ਇੰਟਰਫੇਰੈਂਸ ਨਹੀਂ ਦੇਣੀ ਚਾਹੀਦੀ ਸੀ। ਫੋਨ ਸੈਪਰੇਟ ਹੈ, ਉਹਨੂੰ ਇੰਨਾ ਨਹੀਂ ਆਪਾਂ ਇੰਪੋਰਟੈਂਸ ਦੇਣੀ ਕਿ ਸਾਡੀ ਬਾਕੀ ਲਾਈਫ ਨੂੰ ਡਿਸਟਰਬੈਂਸ ਹੋਏ। ਡਿਸਟਰੈਕਟ ਅਦਰਸ ਵਿਦ ਯੋਰ ਫੋਨ। ਅਸੀਂ ਕੀ ਕਰਦੇ ਹਾਂ, ਸ਼ੋਅ ਆਫ ਵੀ ਕਰ ਦਿੰਦੇ ਹਾਂ ਕਈ ਵਾਰੀ ਕਿ ਅਸੀਂ ਹਾਂਜੀ ਫੋਨ, ਅਸੀਂ ਇੰਨਾ ਮਹਿੰਗਾ ਫੋਨ ਲੈ ਲਿਆ। ਅਸੀਂ ਡਿਸਟਰੈਕਸ਼ਨ ਕ੍ਰੀਏਟ ਕਰਦੇ ਹਾਂ ਬਾਕੀ ਪੀਪਲ ਵਾਸਤੇ, ਜੋ ਕਿ ਸਾਨੂੰ ਨਹੀਂ ਕਰਨੀ ਚਾਹੀਦੀ। ਪਲੇ ਗੇਮਸ ਔਰ ਵਾਚ ਵੀਡੀਓਜ਼ ਔਨ ਫੋਨ ਵਾਈਲ ਸਟੱਡੀ। ਪੜ੍ਹਾਈ ਦੇ ਟਾਈਮ ਤੇ ਖਾਸ ਕਰਕੇ ਸਾਨੂੰ ਵੀਡੀਓ ਗੇਮਸ ਨਹੀਂ ਖੇਲਣੀ ਚਾਹੀਦੀ, ਸਾਨੂੰ ਵੀਡੀਓਜ਼ ਵਾਚ ਨਹੀਂ ਕਰਨੀ ਚਾਹੀਦੀ ਸੀ। ਸੋ ਇਹ ਸੀ ਸਾਡਾ ਅੱਜ ਦਾ ਸੈਸ਼ਨ, ਮੋਬਾਈਲ ਫੋਨ ਐਟੀਕੇਟਸ, ਮੋਬੀਕੇਟ। ਤੁਹਾਨੂੰ ਅਗਰ ਕੁਛ ਵੀ ਕੁਐਸਚਨ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ ਜੀ। ਆਈ ਰੈਪ ਅਪ ਵਿਦ ਦਿਸ, ਅਗਰ ਗਲਤੀ ਹੋ ਗਈ ਜੀ ਤਾਂ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਨੇ ਬਹੁਤ ਵਧੀਆ ਦੱਸਿਆ ਮੋਬਾਈਲ ਫੋਨ ਐਟੀਕੇਟਸ ਤੇ, ਮੈਨੂੰ ਦੱਸਿਆ ਕਿ ਅਸੀਂ ਕਦੋਂ ਆਪਣੇ ਫੋਨ ਨੂੰ ਕਿਵੇਂ, ਕਦੋਂ ਅਤੇ ਕਿੰਨੇ ਟਾਈਮ ਲਈ ਯੂਜ਼ ਕਰਨਾ ਹੈ। ਸਟੱਡੀ ਟਾਈਮ ਅਸੀਂ ਫੋਨ ਯੂਜ਼ ਨਹੀਂ ਕਰਨਾ, ਸਿਰਫ ਸਟੱਡੀ ਪਰਪਸ ਲਈ ਕਰਨਾ ਹੈ, ਔਰ ਵੀਡੀਓ ਗੇਮਸ ਲਈ ਨਹੀਂ ਕਰਨਾ, ਔਰ ਕਿਸੇ ਦੇ ਨਾਲ ਕਦੋਂ ਅਤੇ ਕਿੱਦਾਂ ਗੱਲ ਕਰਨੀ ਹੈ। ਸੋ ਇਹ ਸੈਸ਼ਨ ਬਹੁਤ ਵਧੀਆ ਰਿਹਾ ਜੀ। ਇਸ ਤੋਂ ਅਗਲਾ ਸੈਸ਼ਨ ਲੈਣਗੇ ਜੀ ਏਕਮ ਨੂਰ ਸਿੰਘ ਜੀ, ਜੋ ਕਿ ਹੈ ਡਿਸੀਜ਼ਨ ਮੇਕਿੰਗ। ਉਹਨਾਂ ਦਾ ਟੋਪਿਕ ਹੈ ਜੀ ਡਿਸੀਜ਼ਨ ਮੇਕਿੰਗ ਤੇ। ਸੋ ਮੈਂ ਏਕਮ ਨੂਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਸੋ ਸੀਮਤ ਸਮੇਂ ਦੇ ਵਿੱਚ ਵਿੱਚ ਹੀ ਆਪਣਾ ਟੋਪਿਕ ਕੰਪਲੀਟ ਕਰਨ। ਏਕਮ ਨੂਰ ਸਿੰਘ ਜੀ ਪਲੀਜ਼ ਆਪਣੀ ਸਟਾਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੇਰਾ ਸੈਸ਼ਨ ਹੈ ਡਿਸੀਜਨ ਮੇਕਿੰਗ। ਪਲੀਜ਼ ਮੈਂ ਵੀਰੇ ਨੇ ਰਿਕੁਐਸਟ ਕਰਾਂਗਾ ਕਿ ਪੀਪੀਟੀ ਸ਼ੇਅਰ ਕਰ ਦਿਓ। ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ। ਹਾਂਜੀ ਜੀ, ਅਸੀਂ ਅੱਜ ਦਾ ਆਪਣਾ ਸੈਸ਼ਨ ਕੁਝ ਕੋਡ ਤੋਂ ਸ਼ੇਅਰ ਸ਼ੁਰੂ ਕਰਾਂਗੇ ਜੀ। ਹਾਂਜੀ, ਸਾਡਾ ਪਹਿਲਾ ਕੋਡ ਹੈ ਜੀ, ਬੀ ਆਲਵੇਜ਼ ਸ਼ਿਓਰ ਯੂ ਆਰ ਰਾਈਟ ਦੈਨ ਗੋ ਅਹੈਡ। ਸਾਨੂੰ ਪਹਿਲਾਂ ਆਪਣੇ ਆਪ ਨੂੰ ਸ਼ਿਓਰ ਕਰਨਾ ਚਾਹੀਦਾ ਕਿ ਮੈਂ ਸਹੀ ਜਗ੍ਹਾ 'ਤੇ ਜਾ ਰਿਹਾ, ਕਿ ਮੈਂ ਸਹੀ ਪਾਥ 'ਤੇ ਜਾ ਰਿਹਾ, ਫਿਰ ਹੀ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਸਾਡਾ ਸੈਕਿੰਡ ਵਨ ਹੈਗਾ ਜੀ,
sometimes it is the smallest decision that can change our life forever. ਸਾਡੀ ਜ਼ਿੰਦਗੀ ਦੇ ਵਿੱਚ ਇੱਕ ਸਾਡਾ ਛੋਟਾ ਜਿਹਾ ਡਿਸੀਜਨ ਹੀ ਸਾਡੀ ਲਾਈਫ ਨੂੰ ਇਹ ਬਦਲ ਕੇ ਰੱਖ ਸਕਦਾ ਹੈ ਜੀ. ਅਗਲੀ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ. ਹਾਂਜੀ, ਹੁਣ ਡਿਸੀਜਨ ਅਸੀਂ ਦੇਖਾਂਗੇ ਡਿਸੀਜਨ ਮੇਕਿੰਗ ਹੈ ਕੀ. ਡਿਸੀਜਨ ਮੇਕਿੰਗ ਇਜ਼ ਅ ਮੈਂਟਲ ਪ੍ਰੋਸੈਸ ਦੈਟ ਲੀਡ ਟੂ ਦ ਸਿਲੈਕਸ਼ਨ ਆਫ ਐਨ ਐਕਸ਼ਨ ਅਮੰਗ ਸੈਵਰਲ ਅਲਟਰਨੇਟਿਵਸ. ਐਵਰੀ ਡਿਸੀਜਨ ਮੇਕਿੰਗ ਪ੍ਰੋਸੈਸ ਪ੍ਰੋਡਿਊਸ ਅ ਫਾਈਨਲ ਚੋਇਸ. ਦ ਆਊਟਪੁੱਟ ਕੈਨ ਬੀ ਐਨ ਐਕਸ਼ਨ ਔਰ ਐਨ ਓਪੀਨੀਅਨ. ਡਿਸੀਜਨ ਮੇਕਿੰਗ ਇੱਕ ਮੈਂਟਲ ਪ੍ਰੋਸੈਸ ਹੈ ਜਿਹੜਾ ਕਿ ਸਾਨੂੰ ਕੋਈ ਵੀ ਅਸੀਂ ਕੁਝ ਵੀ ਮੰਨ ਲਓ ਕਿ ਤੁਸੀਂ ਤੁਹਾਡੇ ਕੋਲ ਕੋਈ ਆਪਸ਼ਨ ਹੈਗੀਆਂ ਨੇ ਉਹਨਾਂ ਵਿੱਚੋਂ ਅਸੀਂ ਕੋਈ ਚੀਜ਼ ਸਿਲੈਕਟ ਕਰਨੀ ਹੈ ਤੇ ਜਿਹੜਾ ਸਾਡਾ ਡਿਸੀਜਨ ਮੇਕਿੰਗ ਪ੍ਰੋਸੈਸ ਹੈ ਸਾਨੂੰ ਹਮੇਸ਼ਾ ਹੀ ਫਾਈਨਲ ਚੋਇਸ ਦੇਗਾ. ਇੱਕ ਆਊਟਪੁੱਟ ਵੀ ਇਹ ਆਊਟਪੁੱਟ ਜਿਹੜਾ ਐਕਸ਼ਨ ਵੀ ਹੋ ਸਕਦੀ ਹੈ ਇਹ ਸਾਡਾ ਓਪੀਨੀਅਨ ਵੀ ਹੋ ਸਕਦਾ ਹੈ ਜੀ. ਇਸ ਨੈਕਸਟ ਨੈਕਸਟ ਕਰ ਦਿੱਤੀ ਜਾਵੇ ਜੀ. ਹੁਣ ਅਸੀਂ ਦੇਖਾਂਗੇ ਸਿਕਸ ਸੀਸ ਆਫ ਡਿਸੀਜਨ ਮੇਕਿੰਗ. ਸਾਡਾ ਪਹਿਲਾ ਸੀ ਹੈਗਾ ਜੀ ਕੰਸਟਰਕਟ. ਅਸੀਂ ਪਹਿਲਾਂ ਕੰਸਟਰਕਟ ਕਰਨਾ ਅਸੀਂ ਕਿਸ ਚੀਜ਼ ਦੇ ਬਾਰੇ ਅਸੀਂ ਡਿਸੀਜਨ ਲੈਣਾ ਚਾਹੁੰਦੇ ਹਾਂ. ਸਾਨੂੰ ਪਹਿਲਾਂ ਆਈਡੈਂਟੀਫਾਈ ਕਰਨਾ ਚਾਹੀਦਾ ਅਸੀਂ ਕਿਸ ਚੀਜ਼ ਦੇ ਬਾਰੇ ਡਿਸੀਜਨ ਲੈਣਾ ਚਾਹੁੰਦੇ ਹਾਂ. ਫਿਰ ਸਾਨੂੰ ਕੰਪਾਇਲ ਕਰਨਾ ਚਾਹੀਦਾ. ਕੰਪਾਇਲ ਤੋਂ ਭਾਵ ਜੀ ਪ੍ਰਬੰਧ ਕਰਨਾ. ਸਾਨੂੰ ਆਪਣਾ ਇੱਕ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਅਸੀਂ ਕਿਹੜੇ ਵੇਲੇ ਕਿਸ ਚੀਜ਼ ਨੂੰ ਕੀ ਟਾਈਮ ਦੇਣਾ ਹੈ ਅਤੇ ਕਿਸ ਚੀਜ਼ ਨੂੰ ਕੀ ਟਾਈਮ ਦੇਣਾ ਹੈ ਜੀ. ਸਾਡਾ ਨੈਕਸਟ ਵਨ ਹੈਗਾ ਜੀ ਕਲੈਕਟ. ਫਿਰ ਅਸੀਂ ਉਸ ਬਾਰੇ ਇਨਫੋਰਮੇਸ਼ਨ ਕਲੈਕਟ ਕਰਨੀ ਹੈ ਕਿ ਉਸ ਆਲਟਰਨੇਟਿਵ ਦੇ ਬਾਰੇ ਅਸੀਂ ਇਨਫੋਰਮੇਸ਼ਨ ਸਿਲੈਕਟ ਕਰਨੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਗਾਂਹ ਜਾ ਕੇ ਸਾਨੂੰ ਕਿਸ ਤਰ੍ਹਾਂ ਹੈਲਪ ਕਰ ਸਕਦਾ ਹੈ. ਅੱਗੇ ਨੈਕਸਟ ਵਨ ਹੈਗਾ ਜੀ ਕੰਪੇਅਰ. ਆਲਟਰਨੇਟਿਵ ਡੈਟ ਮੀਟਸ ਦਾ ਰਿਕੁਆਇਰਮੈਂਟ. ਅਸੀਂ ਉਹ ਆਲਟਰਨੇਟਿਵ ਨੂੰ ਕੰਪੇਅਰ ਕਰਨਾ ਉਹਦੀ ਡਿਸਐਡਵਾਂਟੇਜ ਅਡਵਾਂਟੇਜ ਦੇਖਣੀਆਂ ਨੇ ਤੇ ਫਿਰ ਉਸਨੂੰ ਅਸੀਂ ਅੱਗੇ ਅਸੀਂ ਤੋਰਦਾ ਹੈ ਕਿ ਸਾਡੀ ਫਿਊਚਰ ਦੇ ਵਿੱਚ ਹੈਲਪਫੁਲ ਹੋ ਸਕੇ ਜੀ. ਅੱਗੇ ਨੈਕਸਟ ਵਨ ਹੈਗਾ ਜੀ ਕੰਸੀਡਰ. ਸਾਨੂੰ ਕੰਸੀਡਰ ਕਰਨਾ ਚਾਹੀਦਾ ਕੀ ਸਾਡੇ ਵਾਸਤੇ ਫਿਊਚਰ ਦੇ ਵਾਸਤੇ ਸਹੀ ਹੈ ਅਤੇ ਕੀ ਸਾਡੇ ਵਾਸਤੇ ਗਲਤ ਹੈ ਜੀ. ਫਿਰ ਸਾਨੂੰ ਕਮਿਟ ਕਰਨਾ ਚਾਹੀਦਾ ਹੈ ਫਿਰ ਸਾਨੂੰ ਡਿਸੀਜਨ ਲੈ ਕੇ ਉਸਨੂੰ ਫੋਲੋ ਕਰਨਾ ਚਾਹੀਦਾ ਹੈ ਜੀ. ਪਲੀਜ਼ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ. ਹੁਣ ਅਸੀਂ ਦੇਖਾਂਗੇ ਪ੍ਰੋਸੈਸ ਆਫ ਸਟੈਪਸ ਆਫ ਡਿਸੀਜਨ ਮੇਕਿੰਗ. ਹਾਂਜੀ, ਇਸਦਾ ਪਹਿਲਾ ਸਟੈਪ ਹੈ ਜੀ ਆਈਡੈਂਟੀਫਾਈ ਦਾ ਪ੍ਰੋਬਲਮ, ਗੈਦਰ ਇਨਫੋਰਮੇਸ਼ਨ ਫੋਰ ਵੇਇੰਗ ਯੂਅਰ ਆਪਸ਼ਨਸ, ਕੰਸੀਡਰ ਦਾ ਕੋਨਸੀਕੁਐਂਸਿਸ, ਮੇਕ ਯੂਅਰ ਡਿਸੀਜਨ. ਆਓ ਅਸੀਂ ਇਹਨੂੰ ਡਿਸਕਸ ਕਰਦੇ ਹਾਂ ਜੀ. ਪਲੀਜ਼ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ. ਹਾਂਜੀ ਜੀ, ਪਹਿਲਾ ਹੈਗਾ ਜੀ ਆਈਡੈਂਟੀਫਾਈ ਦਾ ਪ੍ਰੋਬਲਮ. ਆਈਡੈਂਟੀਫਾਈ ਦਾ ਪ੍ਰੋਬਲਮ ਅੰਟਿਲ ਯੂ ਹੈਵ ਹੈਵ ਏ ਕਲੀਅਰ ਅੰਡਰਸਟੈਂਡਿੰਗ ਆਫ ਦਾ ਪ੍ਰੋਬਲਮ, ਗੋਲ ਔਰ ਡਿਸੀਜਨ ਟੂ ਬੀ ਮੇਡ, ਇਟ ਇਜ਼ ਮੀਨਿੰਗਫੁਲ ਟੂ ਪ੍ਰੋਸੀਡ. ਇਫ ਦਾ ਪ੍ਰੋਬਲਮ ਸਟੇਟਡ ਆਰ ਇਨਕਰੈਕਟ ਔਰ ਅਨਕਲੀਅਰ, ਦੈਨ ਯੂਅਰ ਡਿਸੀਜਨ ਵਿਲ ਬੀ ਰੋਂਗ. ਬੀ ਐਜ਼ ਸਪੈਸੀਫਿਕ ਐਜ਼ ਯੂ ਕੈਨ. ਸਾਨੂੰ ਪਹਿਲਾਂ ਆਪਣੀ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਕਿ ਅਸੀਂ ਕਿਸ ਚੀਜ਼ ਦੇ ਬਾਰੇ ਅਸੀਂ ਡਿਸੀਜਨ ਲੈਣਾ ਚਾਹੁੰਦੇ ਹਾਂ. ਜੇ ਅਸੀਂ ਆਪਣੀ ਇਸ ਗੋਲ ਨੂੰ ਜਾਂ ਇਸ ਪ੍ਰੋਬਲਮ ਨੂੰ ਆਈਡੈਂਟੀਫਾਈ ਨਹੀਂ ਕਰਦੇ, ਅਸੀਂ ਭਾਵੇਂ ਜਿੰਨੇ ਮਰਜ਼ੀ ਡਿਸੀਜਨ ਲੈ ਲਈਏ, ਉਹ ਸਾਡੇ ਫਿਊਚਰ ਦੇ ਵਿੱਚ ਸਾਨੂੰ ਅਨਸਕਸੈਸਫੁਲੀ ਬਣਾਉਣਗੇ, ਕਦੀ ਵੀ ਸਕਸੈਸਫੁਲ ਨਹੀਂ ਬਣਾਉਣਗੇ ਜੀ. ਪਲੀਜ਼ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ. ਹਾਂਜੀ ਜੀ, ਹੁਣ ਹੈਗਾ ਜੀ ਸਾਡੇ ਕੋਲ ਸੈਕਿੰਡ ਵਨ, ਗੈਦਰ ਇਨਫੋਰਮੇਸ਼ਨ ਫੋਰ ਵੇਇੰਗ ਯੂਅਰ ਆਪਸ਼ਨ. ਵੈਨ ਮੇਕਿੰਗ ਗੁੱਡ ਡਿਸੀਜਨ ਇਟ ਇਜ਼ ਬੈਸਟ ਟੂ ਗੈਦਰ ਨੈਸੈਸਰੀ ਇਨਫੋਰਮੇਸ਼ਨ ਦੈਟ ਇਜ਼ ਡਾਇਰੈਕਟਲੀ ਰਿਲੇਟਡ ਟੂ ਦਾ ਪ੍ਰੋਬਲਮ. ਡੂਇੰਗ ਦਿਸ ਵਿਲ ਹੈਲਪ ਯੂ ਟੂ ਬੈਟਰ ਅੰਡਰਸਟੈਂਡ ਵਟ ਨੀਡ ਟੂ ਬੀ ਡਨ ਇਨ ਸੋਲਵਿੰਗ ਦਾ ਪ੍ਰੋਬਲਮ ਐਂਡ ਵਿਲ ਆਲਸੋ ਹੈਲਪ ਯੂ ਜਨਰੇਟ ਨਿਊ ਆਈਡੀਆਜ਼ ਫੋਰ ਅ ਪੋਸੀਬਲ ਸੋਲਿਊਸ਼ਨ. ਵੀ ਨੀਡ ਟੂ ਗੈਦਰ ਐਸ ਮਚ ਐਸ ਪੋਸੀਬਲ ਰਿਸੋਰਸਿਸ ਟੂ ਟੇਕ ਦਾ ਬੈਸਟ ਡਿਸੀਜਨ. ਸਾਨੂੰ ਉਸ ਜਿਹੜੇ ਅਸੀਂ ਹੁਣ ਆਈਡੈਂਟੀਫਾਈ ਪ੍ਰੋਬਲਮ ਕਰ ਲਈ, ਹੁਣ ਸਾਨੂੰ ਉਸ ਬਾਰੇ ਕੁਝ ਇਨਫੋਰਮੇਸ਼ਨ ਇਕੱਠੀ ਕਰਨੀ ਚਾਹੀਦੀ ਹੈ. ਇਹ ਸਾਡੇ ਵਾਸਤੇ ਸਾਡੇ ਫਿਊਚਰ ਦੇ ਵਿੱਚ ਸਾਨੂੰ ਬਹੁਤ ਹੀ ਹੈਲਪਫੁਲ ਰਹੇਗੀ ਅਤੇ ਸਾਡੀ ਪ੍ਰੋਬਲਮ ਸੋਲਵ ਕਰਨ ਦੇ ਵਿੱਚ ਵੀ ਸਾਨੂੰ ਬਹੁਤ ਹੀ ਫਾਇਦੇਮੰਦ ਹੋਵੇਗਾ ਜੀ. ਅਸੀਂ ਜਿੰਨੀ ਮਰਜ਼ੀ ਜਿੰਨੀ ਸਾਨੂੰ ਚਾਹੀਦੀ ਹੈ ਅਸੀਂ ਉਸਦੀ ਲੋੜ ਮੁਤਾਬਿਕ ਅਸੀਂ ਉਸ 'ਤੇ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ ਜੀ. ਪਲੀਜ਼ ਨੈਕਸਟ ਕਰ ਦਿਓ ਜੀ. ਹਾਂਜੀ, ਅਗਲਾ ਥਰਡ ਵਨ ਹੈਗਾ ਜੀ ਕੰਸੀਡਰ ਦਾ ਕੋਨਸੀਕੁਐਂਸਿਸ. ਹੁਣ ਅਸੀਂ ਇਹ ਬੜਾ ਐਸੈਂਸ਼ੀਅਲ ਸਟੈਪ ਹੈਗਾ ਜੀ, ਬਿਕੋਜ਼ ਇਟ ਅਲੋ ਯੂ ਟੂ ਰਿਵਿਊ ਦਾ ਪ੍ਰੋਸ ਐਂਡ ਕੋਨਸਿਸ ਆਫ ਦਾ ਡਿਫਰੈਂਟ ਆਪਸ਼ਨ ਦੈਟ ਯੂ ਹੈਵ ਲਿਸਟਡ ਇਨ ਦਾ ਪ੍ਰੀਵੀਅਸ ਸਟੈਪ. ਅਸੀਂ ਜੋ ਹੁਣ ਪਿਛਲੇ ਸਟੈਪ ਦੇ ਵਿੱਚ ਅਸੀਂ ਜਿਸ ਵੀ ਚੀਜ਼ਾਂ ਦੇ ਬਾਰੇ ਅਸੀਂ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਹੁਣ ਸਾਨੂੰ ਉਸ ਇੱਕ ਕਾਪੀ ਲੈ ਕੇ ਉਸਦੇ ਵਿੱਚ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਲਿਖਣੇ ਚਾਹੀਦੇ ਹੈ. ਜਿਸਦਾ ਪ੍ਰੋਸ ਦਾ ਮਤਲਬ ਹੈ ਜੀ ਐਡਵਾਂਟੇਜਿਸ ਐਂਡ ਕੋਨਸ ਦਾ ਮਤਲਬ ਹੈ ਜੀ ਡਿਸਐਡਵਾਂਟੇਜਿਸ, ਵੀ ਸਾਨੂੰ ਸਾਡੇ ਫਿਊਚਰ ਦੇ ਵਿੱਚ ਉਹ ਕਿਸ ਤਰ੍ਹਾਂ ਸਾਡੀ ਹੈਲਪ ਕਰਨਗੇ, ਕਿਸ ਤਰ੍ਹਾਂ ਸਾਡੀ ਅੱਗੇ ਸਾਨੂੰ ਅੱਗੇ ਵਧਣ ਦੇ ਵਿੱਚ ਸਾਡੇ ਵਾਸਤੇ ਹੈਲਪਫੁਲ ਹੋਣਗੇ ਜੀ. ਪਲੀਜ਼ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ. ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ. ਹਾਂਜੀ, ਹੁਣ ਸਾਡਾ ਲਾਸਟ ਵਨ ਸਟੈਪ ਹੈਗਾ ਜੀ ਮੇਕ ਯੂਅਰ ਡਿਸੀਜਨ. ਹੁਣ ਅਸੀਂ ਆਈਡੈਂਟੀਫਾਈ ਪ੍ਰੋਬਲਮ ਵੀ ਕਰ ਲਈ, ਉਸਦੇ ਬਾਰੇ ਇਨਫੋਰਮੇਸ਼ਨ ਵੀ ਕਲੈਕਟ ਕਰ ਲਈ ਅਤੇ ਉਸਦੇ ਬਾਰੇ ਦੇਖ ਵੀ ਲਿਆ ਕਿ ਉਸਦੀਆਂ ਐਡਵਾਂਟੇਜਸ ਕੀ ਹੋਣਗੀਆਂ ਅਤੇ ਡਿਸਐਡਵਾਂਟੇਜਸ ਕੀ ਹੋਣਗੀਆਂ. ਹੁਣ ਅਸੀਂ ਉਸ ਬਾਰੇ ਡਿਸੀਜਨ ਲੈਣਾ ਹੈ. ਨਾਓ ਇਟਸ ਅ ਟਾਈਮ ਟੂ ਟੇਕ ਟੂ ਮੇਕ ਅ ਚੋਇਸ ਐਂਡ ਐਕਚੁਅਲੀ ਐਗਜ਼ੀਕਿਊਟ ਯੂਅਰ ਫਾਈਨਲ ਡਿਸੀਜਨ. ਅੰਡਰਸਟੈਂਡਿੰਗ ਦੈਟ ਦਿਸ ਸਟੈਪ ਕੈਨ ਕੋਜ਼ ਸਮ ਪੀਪਲ ਏ ਲੋਟਸ ਆਫ ਐਂਗਜ਼ਾਇਟੀ, ਇਟ ਇਜ਼ ਮੋਸਟ ਇੰਪੋਰਟੈਂਟ ਬਿਕੋਜ਼
This is where you have to trust on yourself. Ask yourself, is this right? And will this decision work best for you now and in the future? When you answer this question, you should feel good about the result. ਹੁਣ ਅਸੀਂ ਆਪਣੀ ਸਭ ਕੁਛ ਕਰ ਲਿਆ ਤੇ ਸਾਨੂੰ ਆਪਣੀ ਹੁਣ ਡਿਸੀਜਨ ਲੈਣਾ ਹੈ ਅਸੀਂ ਇਸ ਦੇ ਵਿੱਚ ਇਹ ਜਿਹੜਾ ਸਟੈਪ ਹੈ ਇਹ ਬਹੁਤ ਹੀ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਵੀ ਹੋ ਸਕਦਾ ਹੈ ਜੀ ਕਿਉਂਕਿ ਇਸ ਦੇ ਵਿੱਚ ਅਸੀਂ ਆਪਣੇ ਆਪ 'ਤੇ ਸੈਲਫ ਕੋਨਫੀਡੈਂਸ ਹੋਣਾ ਚਾਹੀਦਾ ਸਾਨੂੰ ਆਪਣੇ ਆਪ 'ਤੇ ਟਰੱਸਟ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਆਪ ਨੂੰ ਕੁਸ਼ਚਨ ਪੁੱਛਣੇ ਚਾਹੀਦੇ ਨੇ ਕਿ ਜੋ ਮੈਂ ਕਰ ਰਿਹਾ ਕਿ ਇਹ ਸਹੀ ਹੈ ਅਤੇ ਇਹ ਜਿਹੜਾ ਡਿਸੀਜਨ ਹੈ ਮੈਂ ਇਸ ਵਰਕ ਵਾਸਤੇ ਲਵਾਂਗਾ ਕੀ ਮੇਰੇ ਫਿਊਚਰ ਵਾਸਤੇ ਮੈਨੂੰ ਮਦਦਫੁੱਲ ਹੈਲਪਫੁੱਲ ਹੋਏਗਾ ਫਿਰ ਅਸੀਂ ਦੇਖਣਾ ਹੈ ਜੀ ਜੇ ਅਸੀਂ ਇਹ ਕੁਸ਼ਚਨ ਦਾ ਜਵਾਬ ਸਾਨੂੰ ਦੇ ਦਿਆਂ ਤਾਂ ਅਸੀਂ ਗੁੱਡ ਫੀਲ ਕਰਾਂਗੇ ਫਿਰ ਅਸੀਂ ਕੋਈ ਜੋ ਵੀ ਡਿਸੀਜਨ ਲਵਾਂਗੇ ਉਹ ਸਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੋਏਗਾ ਜੀ ਪਲੀਜ਼ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ ਹੁਣ ਅਸੀਂ ਦੇਖਾਂਗੇ ਸਾਨੂੰ ਕਿਹੜੇ ਟਾਈਮ ਡਿਸੀਜਨ ਨਹੀਂ ਜਾਣਾ ਲੈਣਾ ਚਾਹੀਦਾ ਇਸ ਵਾਲੇ ਇਸ ਵਾਸਤੇ ਅਸੀਂ ਹੈਲਥ ਪ੍ਰਿੰਸੀਪਲ ਟੇਕਅਪ ਕਰਾਂਗੇ ਜੀ ਜਿਹੜਾ ਹੈਗਾ ਜੀ ਐਚ ਤੋਂ ਮੀਨਿੰਗ ਹੈ ਜੀ ਹੰਗਰੀ ਏ ਤੋਂ ਮੀਨਿੰਗ ਹੈ ਜੀ ਅੰਗਰੀ ਐਂਡ ਐਲ ਤੋਂ ਮੀਨਿੰਗ ਹੈ ਜੀ ਲੋਨਲੀ ਐਂਡ ਟੀ ਤੋਂ ਮੀਨਿੰਗ ਹੈ ਜੀ ਟਾਇਰਡ ਸਾਨੂੰ ਜਦੋਂ ਸਾਨੂੰ ਭੁੱਖ ਲੱਗੀ ਹੁੰਦੀ ਹੈ ਸਾਨੂੰ ਉਦੋਂ ਨਹੀਂ ਡਿਸੀਜਨ ਲੈਣਾ ਚਾਹੀਦਾ ਜਾਂ ਅਸੀਂ ਗੁੱਸੇ ਦੇ ਵਿੱਚ ਹੁੰਦੇ ਹਾਂ ਜਾਂ ਅਸੀਂ ਇਕੱਲੇ ਹੁੰਦੇ ਹਾਂ ਜਾਂ ਅਸੀਂ ਥੱਕੇ ਹੋਏ ਹੁੰਦੇ ਹਾਂ ਇਹਨਾਂ ਸਿਚੁਏਸ਼ਨ ਦੇ ਵਿੱਚ ਸਾਨੂੰ ਕਦੇ ਵੀ ਡਿਸੀਜਨ ਨਹੀਂ ਲੈਣਾ ਚਾਹੀਦਾ ਜੀ ਪਲੀਜ਼ ਨੈਕਸਟ ਸਲਾਈਡ ਕਰ ਦਿੱਤੀ ਜਾਵੇ ਜੀ ਹੁਣ ਅਸੀਂ ਸੈਸ਼ਨ ਦੀ ਸਮਾਪਤੀ ਇੱਕ ਕੋਡ ਦੇ ਨਾਲ ਕਰਦੇ ਹਾਂ ਜੀ ਡਿਸੀਜਨ ਆਰ ਹਾਰਡੈਸਟ ਟੂ ਮੂਵ ਟੂ ਮੇਕ ਸਪੈਸ਼ਲੀ ਵੈਨ ਇਟਸ ਚੋਇਸ ਬਿਟਵੀਨ ਵਟ ਯੂ ਵਾਂਟ ਐਂਡ ਵਟ ਇਜ਼ ਰਾਈਟ ਮੰਨ ਲਓ ਵੀ ਤੁਹਾਡੇ ਐਗਜ਼ਾਮ ਆ ਤੁਹਾਡਾ ਇੱਕ ਦੋਸਤ ਤੁਹਾਨੂੰ ਕਹਿ ਰਿਹਾ ਕਿ ਆਹ ਫਿਲਮ ਦੇਖਣ ਚੱਲੀਏ ਪਰ ਕੱਲ੍ਹ ਤੇ ਤੁਹਾਡਾ ਐਗਜ਼ਾਮ ਆ ਕਿ ਹੁਣ ਸਾਡੇ ਵਾਸਤੇ ਇਹ ਡਿਸੀਜਨ ਹੁਣ ਅਸੀਂ ਕਰਨਾ ਹੈ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ ਜੋ ਸਾਡਾ ਦੋਸਤ ਕਹਿ ਰਿਹਾ ਜਾਂ ਕੀ ਰਾਈਟ ਹੈ ਸਾਨੂੰ ਹੁਣ ਰਾਈਟ ਸਾਡੇ ਵਾਸਤੇ ਇਹ ਆ ਕਿ ਅਸੀਂ ਐਗਜ਼ਾਮ ਦੀ ਪ੍ਰੈਪਰੇਸ਼ਨ ਕਰੀਏ ਉਸ ਵਿੱਚੋਂ ਅਸੀਂ ਚੰਗੇ ਮਾਰਕਸ ਲਈਏ ਜੇ ਅਸੀਂ ਆਪਣੇ ਦੋਸਤ ਦੇ ਮਗਰ ਲੱਗ ਕੇ ਫਿਲਮ ਦੇਖਣ ਚਲ ਜਾਂਦੇ ਹਾਂ ਤਾਂ ਸਾਡੇ ਲਈ ਸਾਨੂੰ ਨਾ ਤਾਂ ਸਾਡੇ ਐਗਜ਼ਾਮ ਵਿੱਚੋਂ ਚੰਗੇ ਨੰਬਰ ਲਿਆ ਸਕਦੀ ਹੈ ਅਤੇ ਸਾਡੇ ਫਿਊਚਰ ਵਾਸਤੇ ਵੀ ਬਹੁਤ ਓਬਸਟੈਕਲਸ ਖੜੀ ਕਰ ਸਕਦੀ ਹੈ ਜੀ ਇਹ ਸੀਗਾ ਮੇਰਾ ਅੱਜ ਦਾ ਡਿਸੀਜਨ ਮੇਕਿੰਗ ਦੇ ਪ੍ਰੋਸੈਸ ਅਤੇ ਡਿਸੀਜਨ ਮੇਕਿੰਗ ਹੈ ਕਿ ਆਸ ਕਰਦਾ ਹਾਂ ਕਿ ਤੁਹਾਡੇ ਨੂੰ ਜੀਵਨ ਦੇ ਵਿੱਚ ਇਹ ਹੈਲਪਫੁੱਲ ਹੋਏਗਾ ਅਤੇ ਤੁਸੀਂ ਇਹ ਸਟੈਪ ਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਮਨੂਰ ਸਿੰਘ ਜੀ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਆਪਣੇ ਟੌਪਿਕ ਨੂੰ ਦੱਸਿਆ ਉਹਨਾਂ ਨੇ ਦੱਸਿਆ ਕਿ ਕਿਵੇਂ ਅਸੀਂ ਡਿਸੀਜਨ ਲੈਂਦੇ ਹਾਂ ਕਈ ਵਾਰੀ ਹੁੰਦਾ ਕਿ ਅਸੀਂ ਡਿਸੀਜਨ ਲੈਣ ਦੇ ਟਾਈਮ ਅਸੀਂ ਉਸਦੀ ਸਿਰਫ ਡਿਸੀਜਨ ਦੀਆਂ ਪੋਜ਼ਿਟਿਵ ਸਾਈਡਸ ਨੂੰ ਦੇਖਦੇ ਹਾਂ ਉਸਦੀ ਨੈਗੇਟਿਵ ਸਾਈਡਸ ਨੂੰ ਨਹੀਂ ਦੇਖਦੇ ਸੋ ਇਸ ਕਰਕੇ ਸਾਡੇ ਰਿਜ਼ਲਟਸ ਜੋ ਸਾਨੂੰ ਮਿਲਦੇ ਨੇ ਉਹ ਸਾਨੂੰ ਨੈਗੇਟਿਵਸ ਮਿਲਦੇ ਨੇ ਸੋ ਡਿਸੀਜਨ ਲੈਣ ਤੋਂ ਪਹਿਲਾਂ ਉਸ ਚੀਜ਼ ਬਾਰੇ ਦੋਨੋਂ ਸਾਈਡਸ ਉਹਦੀ ਦੇਖਣੀਆਂ ਚਾਹੀਦੀਆਂ ਕਿ ਹਾਂ ਅਸੀਂ ਜੇ ਇਹ ਸਾਈਡਸ ਰੱਖਾਂਗੇ ਤਾਂ ਨਤੀਜੇ ਕੀ ਨਿਕਲਣਗੇ ਸੋ ਬਹੁਤ ਵਧੀਆ ਏਕਮਨੂਰ ਜੀ ਹੁਣ ਅਗਲਾ ਸੈਸ਼ਨ ਕੁਲਵੰਤ ਮੈਮ ਜੀ ਸਪੋਕਨ ਇੰਗਲਿਸ਼ ਦਾ ਲੈਣਗੇ ਜੀ ਇੱਕ ਹੈਂਡ ਰੇਜ਼ ਆ ਉਹਨਾਂ ਨੂੰ ਲੈ ਲਓ ਜੀ ਸ਼ਾਇਦ ਵੈਸੇ ਗਲਤੀ ਨਾਲ ਹੋ ਗਿਆ ਸੀ ਜੀ ਸਟੂਡੈਂਟ ਨੇ ਕੀਤਾ ਨਹੀਂ ਸੋ ਆਪਾਂ ਅਗਰਾ ਨੈਕਸਟ ਸੈਸ਼ਨ ਦੇ ਵੱਲ ਜਾਂਦੇ ਹਾਂ ਜੀ ਜੋ ਕਿ ਕੁਲਵੰਤ ਮੈਮ ਜੀ ਲੈਣਗੇ ਸਪੋਕਨ ਇੰਗਲਿਸ਼ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸੈਸ਼ਨ ਸੀਗੇ ਸਭ ਤੋਂ ਪਹਿਲੇ ਜਸਪ੍ਰੀਤ ਮੈਮ ਜਿਨ੍ਹਾਂ ਨੇ ਮੂਵੀ ਕੇਕਸ ਤੇ ਸੈਸ਼ਨ ਲਿੱਤਾ ਆਈ ਰੀਅਲੀ ਵਾਂਟ ਟੂ ਕੰਗਰੈਚੁਲੇਟ ਹਰ ਐਂਡ ਸੈਕਿੰਡ ਏਕਮਨੂਰ ਸਿੰਘ ਦੀ ਪਰਫੋਰਮੈਂਸ ਦੇਖ ਕੇ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਸੀ ਕਿ ਡਿਸੀਜਨ ਮੇਕਿੰਗ ਉਸ ਬੱਚੇ ਨੇ ਬੜੀ ਜਲਦੀ ਇੰਨਾ ਕੁਛ ਦੱਸ ਦਿੱਤਾ ਔਰ ਇੰਨੇ ਫਲੋ ਵਿੱਚ ਦੱਸਤਾ ਤੇ ਏਕਮਨੂਰ ਸਿੰਘ ਨੂੰ ਮੈਂ ਬਹੁਤ ਕੰਗਰੈਚੁਲੇਟ ਕਰਦੀ ਹਾਂ ਇਹ ਵੀ ਇੱਕ ਬਹੁਤ ਵਧੀਆ ਡਿਸੀਜਨ ਸੀ ਕਿ ਉਹਨੇ ਬਹੁਤ ਥੋੜੇ ਟਾਈਮ ਦੇ ਵਿੱਚ ਆਪਣੀ ਸਾਰੀ ਗੱਲ ਬੜੇ ਵਧੀਆ ਤਰੀਕੇ ਨਾਲ ਕਹਿ ਦਿੱਤੀ ਥੈਂਕ ਯੂ ਸੋ ਮਚ ਸਾਨੂੰ ਇੰਨਾ ਇਨਲਾਈਟਨ ਕਰਨ ਲਈ ਤੇ ਅੱਜ ਦਾ ਮੇਰਾ ਸੈਸ਼ਨ ਹੈ ਉਹ ਆਪਾਂ ਸਟਾਰਟ ਕਰਦੇ ਹਾਂ
कुछ बच्चों ने डाउट्स पूछे सीगे, हुण असीं पहले जे थोड़ा जे डाउट्स क्लियर कर लैने आ। बच्चों ने ये जिहड़े वर्ड्स आप जी दे सामने आ रहे हैं इहदे प्रोनंसिएशन और मीनिंग दोनों पूछे सी, ते असीं की करांगे हुण दोनों दी मैं तुहानूं मीनिंग क्लीयर कर दिंदी हाँ, नाल प्रोनंसिएशन इहनां दी। तो फर्स्ट वर्ड इज ई आई टी एच ई आर, इहनूं मेरे टीचर ने मैनूं सिखाया सी आइदर, मेरे अपने टीचर ने, बट एक्चुअली ए इनू तुसी आइदर और अजकल इनू ईदर कहा जाता है। ईदर ईदर हुंदा है जां जां, ता ए जिवें असी यूज करदे आ यू कैन डू आइदर दिस और दैट, तुसी या ता ए कर लो या वो कर लो। ता जिहड़ा ईदर है वो दोनों तरीके नाल यूज हुंदा है, कल्ला भी यू कैन बाय ईदर ऑफ दिस, तुसी इहदे विचों कोई भी सिलेक्ट कर सकते हो। तो ईदर का मतलब हुंदा है जां, या इधर का मतलब हुंदा है इन्हां चो कोई भी। फॉर एग्जाम्पल आई कैन ईट ईदर अ सैंडविच और अ बर्गर, मैं जां ता एक सैंडविच खा सकती हाँ जां बर्गर, ईदर अ सैंडविच और अ बर्गर, तो ईदर का मतलब हुंदा है जां। या मैं क्या यू कैन चूज ईदर ऑफ द टू ड्रेसिस, तुसी इन्हां विचों दो ड्रेसिस दे विचों कोई भी एक चूज कर लो। सो आई थिंक ए मीनिंग क्लियर हो गया होगा। सेकेंड पूछा सी बच्चे ने टी ई एन एस आई ओ एन, दिस इज टेंशन, टेंशन हुंदा है खिचाव, खिचाव, ते जिन्हों असी टेंशन नू दो तरीके नाल भी लै सकते हैं, एक ता खिचाव वो भी हो सकता है, फिजिकल खिचाव भी हो सकता है, एक जो साडे ब्रेन दे उत्ते कोई खिच पैंदी है ता असी उन्हों कहने टेंशन हो गई। ठीक है, नैक्सट वर्ड ईदर नाल ही मिलता जुलता नीदर, जिन्हों असी नाइदर भी बोल देने हैं, लाइक बोथ आर करेक्ट। नीदर, नीदर का मतलब हुंदा ना ही, जिवें मैं क्या आई विल टेक नीदर बर्गर नॉट सैंडविच, ना तो मैं बर्गर खाऊंगी ना मैं सैंडविच, यानी कि ईदर का उल्टा है, ईदर और नीदर नॉर। नेक्स्ट इज एनॉयड, एनॉयड हुंदा है परेशान हो जाना, आई एम एनॉयड बाय योर शेनानिगंस, मैनू तुहाडी शरारता ने परेशान कर दिता है। सो एनॉय हुंदा है किसी नू परेशान करना, एंड एनॉयड मतलब परेशान हो जाना। देन बच्चे ने पूछा सीगा सी एच ई आर यू बी चिरब, चिरब का मतलब मैं तुहानू दस्या सी, इत्थे मैं एक पिक्चर नाल लेके आई हाँ, ये मैनू लगता है सारे नू नजर आ रही होगी, जिन्हों असी फरिश्ता शहजादा कह देने हैं। ते एक बच्चे ने क्वेश्चन किया सी मैम अगर ये बॉयज लई यूज हुंदा है ते गर्ल्स लई की यूज हुंदा है, गर्ल्स लई असी नॉर्मली यूज करदे हां एंजल, वैसे चिरब और एंजल दोनों सेम ही है, बट अज स्पोकन इंग्लिश दे विच असी चिरब जिहड़ा है वो बॉयज लई यूज करदे हां और एंजल असी गर्ल्स लई यूज करदे हां, चिरब एंजल। सो ये फिक्टिशियस है, फिक्टिशियस मतलब ये साडे काल्पनिक ने, जिवें फरिश्ते असी कह दिंदे हां ना, एक काल्पनिक ने, एक्चुअली इदां दा कुछ नहीं हुंदा, बट असीं जिवें किसे बच्चे नूं कहना है कंग्रेचुलेशंस लिटिल चिरब, मतलब इहदा है कि छोटा शहजादा छोटा फरिश्ता, एंड एंजल मी एंजल असीं गर्ल्स लई यूज करदे हां। देन इज ई एस एस ई एन टी आई ए एल, दैट मीन्स एसेंशियल, एसेंशियल मतलब जरूरी, वॉटर इज एसेंशियल फॉर आवर बॉडी, एसेंशियल मीन्स जरूरी। देन एक बच्चे ने पूछा सी सुपीरियर और इनफीरियर, सुपीरियर हुंदा है वधिया, इनफीरियर हुंदा है घटिया, सुपीरियर इज वधिया इनफीरियर घटिया। एक बच्चे ने पूछा सी एज यू सो सो शैल यू रीप, इहदा मीनिंग एज यू सो एस ओ डबल्यू, सो दा मतलब हुंदा है बीजना और एस ओ सो दा मतलब हुंदा है इसलिए या जिवें दा, एज यू सो सो शैल यू रीप, जिद्दां दा बीजांगे उद्दां दा ही कटांगे। नेक्स्ट क्वेश्चन वॉज अनएक्सपैक्टेडली, एक्सपैक्ट का मतलब हुंदा है आस करना, अनएक्सपैक्टेडली हुंदा है जदों तुसी किसे चीज की आस नहीं कीती हुंदी, जिवें मैं क्या ही केम अनएक्सपैक्टेडली, वो मैनू उम्मीद नहीं सी कि वो आ जाएगा। सो अनएक्सपैक्टेडली मीन्स जदों तुसी किसे चीज की उम्मीद नहीं कीती हुंदी। देन नेक्स्ट वर्ड इज जेड ओ ओ एल ओ जी वाई, दैट इज जुअलॉजी, जुअलॉजी जिवें असी करते हैं एक साइंस विच असी कहने ना
जिदे विच एनिमल दी स्टडी, एनिमल दी स्टडी, वाइल्ड एनिमल दी स्टडी नूं असीं जूलॉजी कहिंदे आ, इहदी प्रोनंसिएशन है जूलॉजी. देन इज SUGARCANE, शुगर केन. शुगर केन गन्ने नूं कहा जांदा है, शुगर केन. नेक्स्ट वर्ड इज USUAL, यूजुअल. प्रोनंसिएशन इज यूजुअल. यूजुअल मीन्स आमतौर ते, एज यूजुअल, आमतौर ते, जिवें आम गल आपां कह दिंदे आ आम. देन एक बच्चे ने पूछा सी SATCHEL ए की हुंदा है. दिस इज सैचल, और ये मैं नाल तुहाडे ड्रॉ कीता है. सैचल हुंदा है वह बैग जिदे विच तुसी ऑफिस या बुक्स वगैरह, ऑफिस का समान या बुक्स वगैरह पाते हो, उसे सैचल कहते हैं. नेक्स्ट वर्ड इज NECESSARY, इट्स नेसेसरी. नेसेसरी मतलब जरूरी, नेसेसरी. BLANKET इज ब्लैंकेट. ब्लैंकेट हुंदा है कंबल, ब्लैंकेट. नेक्स्ट इज EXCLUSIVE, एक्सक्लूसिव. एक्सक्लूसिव का मतलब है जिस तरह सिर्फ उसे चीज लई, जिवें मैं कहा कि जिहड़ा टीवी शोरूम है ये LG एक्सक्लूसिव है, मतलब इत्थे सिर्फ LG का ही टीवी मिलेगा. या असी कहा कि असी सैमसंग दे एक्सक्लूसिव शोरूम ते जाने. एक्सक्लूसिव मतलब सिर्फ उही चीज बाकियां नूं छड्डदे होए. एक्सक्लूसिव, ये चीज एक्सक्लूसिवली मेरे लिए है. तो एक्सक्लूसिव हुंदा सिर्फ ते सिर्फ किसी उसे चीज लई जिहदा मैं नाम लिता है, एक्सक्लूसिव. एक्सक्लूसिव का मतलब एक होर भी हुंदा है, जिवें असी किसी चीज नूं एक्सक्लूसिव वर्ड एक्सक्लूड तों लिता होया है. एक्सक्लूड का मतलब हुंदा है छड्डदे होए, कि मैं सारे बच्चियां नूं टॉफीज दित्ती आ एक बच्चे नूं एक्सक्लूड करके, तो एक्सक्लूड हुंदा है किसी चीज नूं छड्डदे होए. और एक्सक्लूसिव का मतलब हुंदा है सिर्फ ते सिर्फ किसी उसे परपस लई, जिवें तुहानूं मैं एग्जाम्पल दित्ती कि असी नाइकी दे एक्सक्लूसिव शोरूम ते गई, यानी कि उत्थे नाइकी नूं छड्ड के होर कुछ भी नहीं मिलेगा, सिर्फ नाइकी ब्रांड दे शूज मिलणगे या जो भी मिलेगा, तो एक्सक्लूसिव ए हुंदा है. देन इज ABDOMEN, इट्स एबडोमिन. एबडोमिन हुंदा है जिन्हों तुसी बैली कहंदे हो, मतलब ढिड, पेट, बार वाला हिस्सा. जिवें अगर जिवें असी अंदरले वाले हिस्से नूं असी स्टमक कहंदे आ, तो बार जिहड़ा हिस्सा हुंदा है ना उहनूं बैली या एबडोमिन कहंदे. देन एक वर्ड है MILLIONAIRE, इट्स मिलियनेयर. मिलियनेयर, मिलियनेयर हुंदा है लखपति, बट लखपति एग्जैक्टली नहीं, एक्चुअली 1 million इज इक्वल टू 10 lakhs. 1 million दे विच 10 lakh हुंदे हैं, तो मिलियनेयर वो है जिहदे कोल 1 million होण घट्टो घट. तो जिवें असीं कहिंदे ना लखपति, जिहदे कोल 1 lakh है तो वह लखपति है. तो मिलियन मतलब जिहदे कोल एटलीस्ट 10 lakhs होणगे तो वो होएगा मिलियनेयर. जिवें इत्थे आंदा है इंडिया दे विच शो है कौन बनेगा करोड़पति, ते ए जिहड़ा शो है ए हु वुड बी मिलियनेयर, इहदे तो लिता गया है. ते जिहड़ा मिलियन वर्ड है दैट मीनस 10 lakhs. देन PERPETUAL, इट्स परपैचुअल हुंदा है, कॉन्टीन्यूअस. जिवें असीं कह रहे हां परपैचुअल रेनिंग, लगातार. परपैचुअल मीन्स लगातार, जो चीज कॉन्टीन्यूटी होएगी ना उहनूं कहा जांदा है परपैचुअल. कॉन्टीन्यूटी मीन्स लगातार कोई चीज हो रही है, जिवें असीं कह परपैचुअल रेनिंग, इट मीन्स लगातार बारिश. नेक्स्ट वर्ड इज YACHT, इहदा मतलब हुंदा है यॉट. यॉट हुंदा है जिन्हों असी हिंदी विच कहिंदे आ नौका या किश्ती, वो किश्ती जिहड़ी शिप नालों छोटी होए, जिहड़ा समुद्री जहाज हुंदा है उस तो थोड़ी छोटी होए उहनूं यॉट कहा जांदा है. YACHT, यॉट. सो जूलॉजी, शुगर केन, यूजुअल, सैचेल, नेसेसरी, ब्लैंकेट, एक्सक्लूसिव, एब्डोमेन, मिलियनेयर, परपेचुअल एंड यॉट. नेक्स्ट है, एक बच्चे ने मैंने पूछा सी डिफरेंस बिटवीन एक्सेंट एंड असेंट. ये बच्चे ये दोनों का प्रोनंसिएशन बिल्कुल डिफरेंट है, एक्सेंट एंड असेंट. असेंट, एक्सेंट हुंदा है जिवें तुहाडी बोलन दी टोन, बोलन दा भाव. जिस तरह जे कोई असी दसीए कि
यूपी तो कोई आया ते ओ पंजाबी बोल रहे हैं तुहानू ओहदे बोलन तो पता चल जाएगा कि यूपी तो है, मतलब ओहदी बोली विच यूपी वाला एक्सेंट है। इन द सेम मैनर जे कोई यूके तो आया और वो इत्थे आके पंजाबी बोल रहा है तो तुहानू ओहदी बोली तो पता चल जाएगा कि ओहदी बोली दे विच यूके एक्सेंट है। सो एक्सेंट मीन्स टोन, इनू एक्सेंट बोलना है, ए सी सी ई एन टी एक्सेंट। एंड असेंट, असेंट हुंदा है चढ़ाई, इनू एसेंट भी बोल देने, असेंट भी बोल देने। असेंट का जिवें तुसी मैथ्स विच कीता होएगा असेंडिंग ऑर्डर, असेंडिंग मीन्स फ्रॉम लोअर टू हायर, पहले छोटा उस तो वड्डा, उस तो वड्डा, दैट इज असेंडिंग ऑर्डर। डिसेंडिंग ऑर्डर हुंदा है वड्डे तो छोटा। सो असेंट मीन्स चढ़ाई, टू गो अपवर्ड्स। देन बच्चे ने पूछा सी वॉइस और मोडल्स मैम करवा दो। हाँ जी बच्चे जी, अगर मैनू टाइम होया मैं जरूर करवा सकती हाँ वॉइस भी एंड मोडल्स भी। एक बच्चे ने पूछा सी कि अमोनिया कोई बीमारी है? नहीं बच्चे जी, अमोनिया नहीं बीमारी, एनीमिया बीमारी है। अमोनिया इज अ गैस, अमोनिया एक गैस है या एक लिक्विड कंपाउंड भी है जो केमिकल्स दे विच हुंदा है, गैस है अमोनिया पर कह सकते हैं। एनीमिया एक बीमारी है जिन्हों असी खून की कमी कह दें, दैट इज एनीमिया, एनीमिया। सो एनीमिया इज अ डिजीज, नॉट अमोनिया। एक बच्चे ने पूछा सी डोर और गेट दे विच की फर्क है? डोर हुंदा है दरवाजा, गेट इज ऑल्सो दरवाजा, बट डोर जेड़ा है वो घर दे अंदर दा दरवाजा है और गेट वो दरवाजा जेड़ा तुहाडे घर दे बाहरला दरवाजा है, उन्हूं गेट कहा जांदा। तुहाडा घर जिथे, जिथों तुहाडे घर दी एंट्रेंस हुंदी है उत्थे जेड़ा दरवाजा हुंदा उन्हूं गेट कहंदे हैं, और जेड़े घर दे अंदर रूम्स दे विच दरवाजे हुंदे हैं उन्हां नूं गेट डोर कहा जांदा है, सॉरी। देन होम एंड हाउस, होम मतलब घर, हाउस मीन्स मकान, होम मीन्स घर, हाउस मीन्स मकान। अगर कोई बिल्डिंग की असी गल कर रहे हैं तो असी उन्हों कहांगे मकान की हो गया घर, जिहड़ा जिवें इट्टां दा घर, सीमेंट दा घर, जिवें असी कहने आ स्टिल्ट हाउस हो गए या कई तरह के हाउसिज हुंदे हैं। होम हुंदा है घर, जिथे वह घर जिथे जिस बिल्डिंग के अंदर फैमिली रह रही है उन्हों कहा जाता है होम। एक किसी ने पूछा सी हिल और माउंटेन दे विच की फर्क है? हिल मीन्स पहाड़, माउंटेन इज ऑल्सो पहाड़, पर हिल जड़ा है वो माउंटेन नालो छोटा हुंदा है, मतलब हिल हुंदी है पहाड़ी और माउंटेन हुंदे हैं पहाड़। डू वी हैव टाइम अगर असी अपोस्ट्रोफी और कंट्रैक्शन कर सकिए? हाँ जी मैम कर लेंगे जी। ओके थैंक यू। बच्चो एक क्वेश्चन मैंने बहुत बच्चों ने पूछा कि अपोस्ट्रोफी का यूज किस तरह करना है, ये प्लीज तुसी ध्यान नाल सुनना। अपोस्ट्रोफी नूं असी दो तरीके नाल यूज करते हैं। फर्स्ट ऑफ ऑल अपोस्ट्रोफी की हुंदा है? वो कॉमा जिहड़ा थोड़ा उपर करके हुंदा है, लाइन के उपर हुंदा है ना कॉमा, नूं असी कहने हैं अपोस्ट्रोफी, अपोस्ट्रोफी। सो इहदा दो तरीके नाल यूज हुंदा है। पहला यूज हुंदा है जदों किसी वर्ड नूं कंट्रैक्ट किया जाता है, कंट्रैक्ट हुंदा है टू मेक शॉर्ट, टू मेक शॉर्ट। सब तो पहले है डू नॉट, डू नॉट नूं असी शॉर्ट करना होवे तां असी किवें लिखांगे? डी ओ एन अपोस्ट्रोफी टी, डी ओ एन अपोस्ट्रोफी टी। तो यह बन गया डोंट, डोंट। डू नॉट नूं असी कंट्रैक्ट करता, कंट्रैक्ट मतलब उन्हूं छोटा कर दिता, तो यह बनया डोंट। इन द सेम मैनर does not, D-O-E-S-N apostrophe T, doesn't, is not, isn't, cannot, can't, cannot ki hoega, can't, have not, haven't. So a sige jide vich not lag rahe hai. Then I have, agar I have nu asi chota karna hai, jive main kya I have done it, I have done my work, असी किवें बोलांगे? आई हैव डन माई वर्क, आई हैव डन माई वर्क। आई हैव, आई हैव मीन्स आई अपोस्ट्रोफे वी ई, आई हैव, आई हैव, आई हैव डन माई वर्क। शी इज, शी इज, लाइक शी इज अ गुड गर्ल, शी इज अ गुड गर्ल, शी इज अ गुड गर्ल, शी इज अ गुड गर्ल।
So sheep apostrophe s is equal to she's. In the same way, he's. एक और है इट्स. हुण इट्स भी दो तरीके यूज होंदा है, एक अपोस्ट्रोफे नाल एक विदाउट अपोस्ट्रोफे नाल. जिवें असीं क्या इट इज अ ब्यूटीफुल फ्रॉक, सो असीं उहनूं की कहांगे इट्स अ ब्यूटीफुल फ्रॉक. जदों असीं उहनूं छोटा करदा इट्स अ ब्यूटीफुल फ्रॉक. जिवें असीं क्या दिस इज अ डॉग इट्स नेम इज टॉमी, उत्थे जिहड़ा इट्स आएगा ना वो इट इज नहीं आएगा, वो आई टी एस कल्ला होएगा. सो इट्स मीन्स इट इज. अगर तुसी किते देखो कोई वर्ड जिदे विच अपोस्ट्रोफे लग्या होया है इट दे नाल दा मतलब इट इज. एक होर है यू आर, यू आर अ गुड गर्ल, यू आर अ गुड गर्ल. इनू की बोलना है यू आर अ गुड गर्ल, यू आर अ गुड गर्ल, योर अ तो एक ही हैगा योर, योर अ गुड गर्ल. सो यू आर नू असी कॉन्ट्रैक्ट करता, कॉन्ट्रैक्ट मतलब उन्हों असी छोटा कर दिता. ये तो हो गया अपोस्ट्रोफे दा एक यूज जदों असी किसे दो वर्ड्स नू कॉन्ट्रैक्ट करके छोटा करता. एक होर अपोस्ट्रोफे दा यूज हुंदा है जिथे उहदा मतलब हुंदा है पोजेशन, पोजेशन हुंदा है मलकियत, मालकी. जिवें ये मेरा है, ये तुहाडा है, यानी मेरी उहदे ते पोजेशन है ना, उहदे ते मेरी मालकी है, मलकियत है. तो उत्थे अपोस्ट्रोफी का वर्ड किस तरह असी अपोस्ट्रोफी का यूज किदां करांगे. दिस इज माई सिस्टर्स बैग. हुण इत्थे कॉन्ट्रैक्शन नहीं है, ध्यान रखना इत्थे सिस्टर्स का मतलब है मेरे सिस्टर का बैग, सिस्टर का. दिस इज माई सिस्टर्स बैग, ये मेरे सिस्टर का बैग है. इत्थे जिहड़ा है अपोस्ट्रोफी का की मतलब है दा, मेरे सिस्टर का, मेरे ब्रदर दा, मेरे माता जी दा, मेरे पिता जी दा. सो सिस्टर्स बैग. सो ए गल हमेशा याद रखना apostrophe is used in two terms, one is contraction and the other is possession. एक जदों किसे वर्ड नू छोटा करना है तां असीं इहनू यूज करदे आ, ते जो possession दसनी होवे जिवें माई फादरस नेम इज डैश, जो भी है माई फादरस नेम, मेरे पिताजी दा. एक तो एग्जाम्पल होर रखी है मैं, बॉयज पेंसिल, लड़के दी पेंसिल, बॉयज पेंसिल. एक गल होर इत्थे बहुत इंपॉर्टेंट है, अगर प्लूरल है बॉयज मुंडिया दी पेंसिल तां अपोस्ट्रोफे जिहड़ा है वह इस तो बाद विच लगेगा. काइंडली नोट इट डाउन, अगर एस आ जाता है प्लूरल आ जाता है तो अपोस्ट्रोफे जिहड़ा है वो एस तो बाद लगेगा. देखो बॉयज पेंसिल मतलब लड़के दी पेंसिल, बी ओ वाई एस अपोस्ट्रोफे है मतलब लड़कियां दिया पेंसिल्स. सो आई थिंक आई एम एबल टू मेक इट क्लियर. फिर भी किसी बच्चे नु कोई डाउट होवे तो तुसी प्लीज पूछ सकते हो. एक बच्चे ने हुणे क्वेश्चन किया है डिस्ट्रैक्ट, डिस्ट्रैक्ट हुंदा है जदों ध्यान जिवें जिहड़ा फोन है वह तुहानूं डिस्ट्रैक्ट करदा है. डिस्ट्रैक्ट का मतलब हुंदा है तुहाडा ध्यान हटांदा है. जिवें मान लो तुसीं अपनी पढ़ाई कर रहे हो ते तुहाडे ब्रदर या सिस्टर ने फोन चलाता तां तुहाडा तुसीं की हो जाओगे डिस्ट्रैक्ट हो जाओगे. सो दिस वॉज ऑल एंड प्रोवर्ब ऑफ द डे इज अ लिटिल नॉलेज इज अ डेंजरस थिंग. A little knowledge is a dangerous thing. ये अखाण है जिन्हों असी कहने हैं नीम हकीम खतरा ए जान. इन्हों इंग्लिश कहने हैं a little knowledge is a dangerous thing. यानी अगर किसी चीज़ की अपन बहुत घट नॉलेज है तो उस चीज़ के विच अपना टैलेंट अजमान की कोशिश नहीं करनी चाहिए. नीम हकीम खतरा ए जान, उत्थे वो चीज़ खतरनाक हो सकती है जेकर तुहानू किसी की नॉलेज नहीं है. मान लो कोई कह रहा है मैं डॉक्टर हाँ बट वो डॉक्टर है नहीं, वैसे अपने नुस्खे आजमा रहे हैं तो इट मे बी फेटल, फेटल होंगे कि जानलेवा हो सकता है. सो अ लिटिल नॉलेज इज अ डेंजरस थिंग. सो थैंक यू सो मच, दिस वॉज ऑल फॉर टूडे एंड वाहिगुरु जी का खालसा वाहिगुरु जी की फतेह. वाहिगुरु जी का खालसा वाहिगुरु जी की फतेह. थैंक यू मैम. सो इस तो बाद असि कुछ हैंड फ्राइज ने वो असि ले लें. ਵੀਰ ਜੀ ਜਿੰਨਾ ਬੱਚਿਆਂ ਦੇ ਹੈਂਡ ਫ੍ਰੇਜ਼ ਨੇ ਪਲੀਜ਼ ਤੁਸੀਂ ਉਹਨਾਂ ਨੂੰ ਲੈ ਲਓ.
ਕੋਈ ਨਹੀਂ ਹੈਗਾ ਜੀ ਸਮਾਪਤੀ ਕਰ ਇੱਕ ਬੱਚੇ ਨੇ ਸੌਰੀ ਕੁਐਸਚਨ ਪੁੱਛਿਆ ਰੈਟ ਔਰ ਮਾਊਸ ਦੇ ਵਿੱਚ ਕੀ ਫਰਕ ਹੈ ਰੈਟ ਹੁੰਦਾ ਹੈ ਵੱਡਾ ਵਾਲਾ ਚੂਹਾ ਮਾਊਸ ਹੁੰਦਾ ਹੈ ਛੋਟਾ ਵਾਲਾ ਚੂਹਾ ਚੂਹੇ ਦੋ ਤਰੀਕੇ ਦੇ ਹੁੰਦੇ ਹੈ ਤੇ ਇੱਕ ਜਿਹੜਾ ਛੋਟਾ ਚੂਹਾ ਹੁੰਦਾ ਹੈ ਉਹ ਅਲੱਗ ਨਸਲ ਹੁੰਦੀ ਹੈ ਉਹਨੂੰ ਮਾਊਸ ਕਹਿੰਦੇ ਆ ਤੇ ਜਿਹੜਾ ਵੱਡਾ ਚੂਹਾ ਹੁੰਦਾ ਜੋ ਪਤਾ ਨੀ ਕੀ ਖਾ ਜਾਂਦਾ ਉਹ ਰੈਟਸ ਹੁੰਦੇ ਆ थैंक यू मैम वीर जी हैंड रेज ले लो एक हैंड रेज है जी 11400 मोगे तो मैम वाहेगुरु जी का खालसा वाहेगुरु जी की फतेह जी वाहेगुरु जी का खालसा वाहेगुरु जी की फतेह मैम मैं मोबाइल फोन के टॉपिक से एक गल दसना चाहनी है सरबजीत वीर जी कहंदे हुंदे ने भी जदों भी अपन कोई है ना मोबाइल है जो ज्यादा डिस्टर्ब करना चाहिए कर देगा तो फिर अपन MBD कर देनी चाहिए है MBD मीनस M मीनस म्यूट ब्लॉक एंड डिलीट भी अपन हम जो एक्सट्रा मैसेजेस ने जो सू अपन डिस्टर्ब करते हैं उन्होंने म्यूट कर देना चाहिए है ब्लॉक कर देना चाहिए है और डिलीट करना चाहिए है जेकर आप इंटरनेट की वरतों नहीं करा तो आप पिछे रह जावे जे आप ओवर यूज करांगे तो आप बर्बाद हो जावांगे और जेकर आप थैंक यू मैम वाहेगुरु जी का खालसा वाहेगुरु जी का खालसा वाहेगुरु जी की फतेह नेक्स्ट है जी 15815 सॉरी गायब हो गया 14231 प्रबलीन कौर फतेह वाहेगुरु जी का खालसा वाहेगुरु जी की फतेह मैं मोबाइल फोन दे टॉपिक ते दसना चाहनी हां कि सानू कदी भी अपना फोन अपने कान दे जमा ना ला के नहीं सोना चाहिदा जां फिर छाती दे उत्ते रख के नहीं सोना चाहिदा ए साडे लई बहुत ज्यादा हानिकारक हो सकदा है वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह नेक्स्ट जी संपर्क कर लियो जी वीर जी स्क्रीन शेयर कर दो सो तुसी इना नंबर से कॉन्टेक्ट कर सकते हो जाप सेवा ली कीर्तन दी सेवा ली कोई भी फीडबैक देनी हो फिर क्वेश्चन दे ली जा फिर कोई भी इंक्वायरी करनी हो अपने लाइफ टाइम यूज कर सकिए जो अज तीनों सैशन सीखे हैं सो इत समाप्ति करते हैं जी वाहेगुरु जी का खालसा वाहेगुरु जी की फतेह